ओ आया था सी आ डंगरा नू पठे पाके जांदा रिया आ मेजर क्या वल्ले गया होना मेरे तो हुणे चक्कियों कणक पे आके छड़ के गया थोड़े मोरे मोरे ना भाई इत्थे तो नहीं आया सगो मैं मंजे दी दौणा कथन ले किया थी आया ही नहीं है केहो नु है ठीक है ताई कह दंगे अच्छा देख ला काले हां नाले पोला सारे पिंड दे काम कार भी करदा है फिर भी किसी ना किसी दा लंबा रही जांदा है मुख दी गेट पानी दी वारी आ आज उठ देख ले ਉਹ ਬਜ਼ੁਰਗੋ ਡਰਨ ਵਾਲੀ ਕੋਈ ਗੱਲ ਨਹੀਂ ਇੰਨਾ ਇੰਨਾ ਪੈਂਡਾ ਰੋਜ਼ ਮਾਰਦੇ ਹੋ ਉਹ ਨਿੱਕੀ ਜੀ ਬੁੜੀ ਤੋਂ ਡਰ ਉਹ ਦੋ ਚਾਰ ਵੇਰੀ ਲੰਘੇ ਤੇ ਆਪੇ ਝਾਕਾ ਖੁੱਲ ਜਾਣਾ ਬਾਬਾ ਜੀ ਨਾ ਕਿੰਨੇ ਕੁ ਚੇਨ ਨੂੰ ਟੱਪ ਜੂ ਪਾਰ ਨਾ ਤੇਰੇ ਭਾਦੀ ਹੁਣ 16 ਹੱਥੀ ਟਪੂਸੀ ਨਾ ਮਾਰ ਜੇ ਹਿਰਨ ਵਾਂਗੂ ਅਗਲਾ ਕਾਢਾ ਹੈ ਉਹ ਵੀ ਬਜ਼ੁਰਗ ਨਾ ਤੈਨੂੰ ਕਿਵੇਂ ਪਤਾ ਇਹ ਬਜ਼ੁਰਗ ਹੈ ਮੈਂ ਇਹਨਾਂ ਦੇ ਲਾਣੇ ਨੂੰ ਨਾ ਰੋਜ਼ ਵੇਖਦਾ ਇਧਰੋਂ ਮੋਖੇ ਕੇ ਖੇਤਾਂ ਨੂੰ ਨਾ ਦਾਣਾ ਪਾਣੀ ਲੈਣ ਜਾਂਦਾ ਮੁੜਦਿਆਂ ਨੂੰ ਪਾਣੀ ਲੱਗ ਜਾਂਦਾ ਬਾਕੀ ਸਾਰਾ ਟੱਬਰ ਭੱਜ ਕੇ ਲੰਘ ਜਾਂਦਾ ਇਹ ਵਿਚਾਰਾ ਪਿੱਛੇ ਹੌਲੀ ਹੌਲੀ ਆਉਂਦਾ ਹੁੰਦਾ ਮੁਖੇਰਾਂ ਦੇ ਬੋੜੇ ਬਾਬਿਆਂ ਨੂੰ ਮੁੜ ਕੇ ਵਿਚਾਰਾ ਇੱਥੇ ਬੈਠਾ ਡੀਕਦਾ ਰਹਿੰਦਾ ਕਿ ਕਦੋਂ ਦਰਿਆ ਉਤਰੇ ਤੇ ਕਦੋਂ ਮੈਂ ਪਾਰ ਲੰਘਾਂ ਜੇ ਨਾ ਇਹ ਜਾਂਦਾ ਤਾਂ ਚੱਕ ਕੇ ਧਰ ਦੇ ਦੂਜੇ ਪਾਸੇ ਨਾ 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 ਭੋਲਾ ਮੇਰਾ ਨਾਂ ਹੀ ਰੱਖਤਾ ਜਿਹੜੀਆਂ ਗੰਡਾਂ ਭੋਲਾ ਖੋਲੀ ਬੈਠਾ ਨਾ ਤੁਹਾਡੇ ਚਿੱਤ 'ਚ ਵੀ ਨਹੀਂ ਹੋਣੀਆਂ ਉਹ ਕਿਵੇਂ ਉਹ ਇਹ ਲੋੜ ਇਹਦੀ ਨਿੱਤ ਦੀ ਹੈ ਆਪਾਂ ਇਹਨੂੰ ਜਾਚ ਢੰਗ ਸਿਖਾ ਕੇ ਪੈਰਾਂ ਸਿਰ ਕਰਨਾ ਜੇ ਮੈਂ ਇਹਨੂੰ ਵੀ ਚੱਕ ਕੇ ਪਾਰ ਕਰਾਤਾ ਜਿਵੇਂ ਪੂਰੇ ਪਿੰਡ ਦਾ ਭੋਲੇ ਬਿਨਾਂ ਨਹੀਂ ਸਰਦਾ ਕੱਲ ਨੂੰ ਇਹ ਵੀ ਰੱਬ ਦਾ ਜੀ ਜਿੰਦ ਭੋਲੇ ਨੂੰ ਡੀਕਦਾ ਰੂ ਫਿਰ ਭੋਲਾ ਦੱਸ ਜਵਾਬ ਕਿਹਨੂੰ ਦਊ ਨਾ ਜਵਾਬ ਫਿਰ ਟੈਲੀਵਿਜ਼ਨ ਵੱਲੋਂ ਦੇ ਦਿੰਨੇ ਆ ਟੈਲੀਵਿਜ਼ਨ ਚੱਲ ਪਿਆ ਓਏ ਲੈ ਹੁਣ ਤਾਂ ਕਿੱਤੇ ਚੰਗਾ ਫਿਰ ਬਾਬਾ ਜੀ ਅੱਜ ਤੇ ਮਿੱਟੀ ਪਾਓ ਤੇ ਕੱਲ ਨੂੰ ਫਿਰ ਸੁਖ ਤੇ ਆ ਜਾਓ ਅੱਡੇ ਤੇ ਇਹ ਬੋਲੇ ਚੱਲ ਯਾਰ ਹਾਂ ਲੋ ਚੱਲ ਵੀ ਲੈ ਹੁਣ ਚਲੋ आज देश के प्रधानमंत्री मोरारजी देसाई ने एक मंच से देश की जनता को संबोधित करते हुए कहा, ओ पाई कौन है पला नबी कपड़ियां तो ता लगदा भी ए पाई ना पक्का चाचे नु रे चाचे दा मुंडा ओए मूर्खो ए हुण दा प्रधानमंत्री अपने मुल्क दा मोरारजी देसाई ना आए दा अच्छा ਤੇ ਮਾਸਟਰ ਜੀ ਕੀ ਕਹਿੰਦਾ ਏ ਲੱਡੂ ਸਿੰਘ ਟੈਕਸੀ ਵਾਲੇ ਦਾ ਪ੍ਰੋਗਰਾਮ ਕਦੋਂ ਕਹੂਗਾ ਅੱਜ ਨਹੀਂ ਆਉਣਾ ਲੱਡੂ ਟੈਕਸੀ ਵਾਲਾ ਅੱਜ ਦਾ ਪ੍ਰਧਾਨ ਮੰਤਰੀ ਦਾ ਖਾਸ ਭਾਸ਼ਣ ਦੇਸ਼ ਦੀ ਆਰਥਿਕ ਵਿਵਸਥਾ ਤੇ ਬੋਲ ਰਿਹਾ ਕਿਹੜੀ ਵਿਵਸਥਾ ਹੋਰ ਕੋਈ ਔਖੀ ਹੋਈ ਗੱਲ ਲੱਗ ਰਹੀ ਹੈ ਹੋਰ ਕੀ ਨਜ਼ਾਰਾ ਹੋਊ ਯਾਰ ਟੈਲੀਵਿਜ਼ਨ ਵੇਖਣ ਦਾ ਚਲ ਮੈਂ ਚੱਲਿਆ ਕਿੱਥੇ ਯਾਰ ਜਗੀਰੋ ਤਾਈ ਨੇ ਕਿਹਾ ਸੀ ਮੰਜੀਆਂ ਦੀਆਂ ਦੌਣਾ ਕੱਸਣੀਆਂ ਨਾ ਆ ਗਏ ਤੇ ਉਹਨਾਂ ਕਹਿਣਾ ਭੋਲੇ ਨੂੰ ਕੰਮ ਕਾਹਦਾ ਕਹਿਤਾ ਭੋਲਾ ਟੇਬੀ ਗਿਆ ਚੰਗਾ ਖੇਲੋ ਕੇ ਆਯੋਜਨ ਸੇ ਭਾਰਤ ਮੇ ਯੁਵਾਓ ਮੇ ਖੇਲੋ ਕੇ ਪ੍ਰਤੀ ਰੁਚੀ ਬੜੇਗੀ आज एक कृषि अनुसंधान केंद्र का उद्घाटन करते हुए देश के वित्त मंत्री श्री एचएम पटेल ने लै पोले पैसे बाराने हैं ਲਤਾਈ ਮੈਂ ਕਿੰਨੀ ਵਾਰੀ ਕਿਹਾ ਬਿਨਾਂ ਤਾਂ ਮੈਨੂੰ ਪਤਾ ਲੱਗੇ ਵੀ ਤੁਹਾਡੇ 12 ਆਨੇ ਹੁਣ 14 ਆਨੇ ਦਾ ਕੀ ਹਿਸਾਬ ਆ ਤੇ ਨਾ ਮੈਨੂੰ ਇਹ ਪਤਾ ਲੱਗੇ ਵੀ ਇਹਨਾਂ ਵੱਟੇ ਮੁੱਲ ਕੀ ਆਊ ਮੈਂ ਇਹਨਾਂ ਦਾ ਕੀ ਕਰਨਾ ਕੁਛ ਖਾ ਪੀ ਲਈ ਹੋਲੋ ਪਹਿਲਾਂ ਉਹੀ ਖੀਸਾ ਭਾਰਾ ਖਰੀ ਫਿਰੋ ਫਿਰ ਹੱਟੀ ਤੇ ਜਾਓ ਫਿਰ ਖੋਪੜ ਤੇ ਜ਼ੋਰ ਦੋ ਵੀ ਹੁਣ ਖਾਈਏ ਕੀ ਇਹਦੇ ਨੂੰ ਤੂੰ ਹੀ ਦੇ ਮੈਨੂੰ ਕੋਈ ਖਾਣ ਨੂੰ ਮਹਾਂ ਦੀ ਦਾਲ ਨਾਲ ਰੋਟੀ ਲਿਆਵਾਂ ਰੋਟੀ ਤਾਂ ਸੱਚ ਭਰਜਾਈ ਨਾ ਦੱਸ ਜੇ ਵੀ ਇਹਨੇ ਪਿਆਰ ਨਾਲ ਬਣਾ ਕੇ ਰੱਖੀ ਹੈ ਤੇ ਭੋਲਾ ਬਾਹਰੋਂ ਖਾਇਆ ਪਰ ਚੱਲ ਬਾਹਲਾ ਕਹਿਣੀ ਆ ਤਾਂ ਮੈਂ ਫਿਰ ਇੱਥੇ ਹੀ ਖਾ ਜਾਂਦਾ ਤਾਈ ਚੱਲ ਚੰਗਾ ਨਾਲੇ ਨਾ ਮੈਂ ਸਵੇਰੇ ਬਿੰਦਰ ਕੇ ਮਟਰ ਲੈ ਕੇ ਜਾਣੇ ਆ ਤੇ ਮੈਂ ਕਹਿੰਦਾ ਸੀ ਕਿ ਮੈਂ ਇੱਥੇ ਨਾ ਪੈ ਜਾ ਕਿੱਥੇ ਤੜਕੇ ਘਰੋਂ ਤੁਰ ਆਊਂਗਾ ਕੋਈ ਨਾ ਇੱਥੇ ਹੀ ਪੈ ਜਾ ਹੋਰ ਤਾਇਆ ਠੀਕ ਠਾਕ ਕੀ ਕਹਿੰਦਾ ਦਰਵਾਜ਼ਾ ਖਬਰਾਂ ਚੱਲਦੀਆਂ खुशहाली छाए सकते हैं मेरे 125 करोड़ मेरे प्यारे देशवासियों आओ हम संकल्प करें हम गरीबी को परास्त करें हम विजय श्री को प्राप्त करें भारत से गरीबी का उन्मूलन हो उस सपनों को लेकर के हम चले और पड़ोसी देशों के पास भी यही तो समस्या है सेठ जी कुछ दे दो सुबह से भूखा हूँ सात देशों के सभी साथी को मिलकर मैं और सेठ जी कितने से हो तुसी भाई हम दरभंगा बिहार से अरे यार तुम तो अपने तरफ के हो यार भाई ये लो रखो चंदन कठाई पंच दा नोट नारायणी नमस्ते एक रुपए छुट्टा नहीं है ना सेठ जी बेटे फिर चुवानी थियानी दे दे सेठ मंगल अटोनी चुवानी तो सरकार ने कॉप का बंद कर दिया तनख्वाह लेना
जहाँ से सुखे होया रू पैसे दे के भेजना। सारे मंगल मांगले सर जी, कोई जवाब तो दे दो, बहुत देर से खड़ा हूँ। देना तो तेन जवाब ही है, तू थोड़ा काला पै गया। चलो 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 चंदन, तेरू बीहारी समझाया बार कपड़े लटकाउण तो पहला नींबू मिर्चा लटकाया कर। नींबू मिर्च का होता है? नींबू नाल दुश्मन के दंत खट्टे होंदे ने, ते मिर्चा उहदे टिकाणे लगदी है। मैं नहीं चाहुंदा घटिया लोकां दी घटिया नज़र मेरी दुकान नूं लगे। नज़र स्टैंडर्ड दी होवे तां वी है। मैं चलिया घरे नाश्ता कर, मगरों दुकान दा ध्यान रखी। जी सर। मालिक, घटिया बोलो आपको। सुन गया मैनु, एदी दुकान नु नजर नहीं आग ही लगूगी। वो भी इस पट्टी तो। बिरजू जे खोआ थले लग गया ना, तेरा फोन चक के पट्टी च पा देना। मैं टूटियां कट करना जो कट, बड़ा कुमार सानू ताकि ठंड यारी दो दियां दे मुंडे नाल लाली नी रज के पनीर खाएंगी। यारी दो दियां दे मुंडे नाल लाली। ओ दुध पाले भाई। हाँ जी, आ पीली चॉकलेट तेरी हो, खाओ। यारी रज के पनीर खाएंगी। एक मिनट गल सुन। हाँ जी। कोई नुस्खा तो दस भाई, पानी वाले दुध चो पनीर किवें कढ़ी दा? नुस्खा तो है पर थोड़ा औखा। तू दस यार। करो नोट। हाँ, पिछली पेमेंट क्लियर कर दो, पनीर छोड़ो भावे खोआ कट लो। यारी दो दिया देखो। हेलो, कहीं नहीं मुड़ के लेना। नुस्खा तो सच्ची औखा है। जो थले लग गया ना देखी, छोड़ दी नहीं देनू मैं। डैडी सिलेंडर क्या था बुक? हाँ दो में। हाँ दो में। अच्छा वो चाशनी गर्म कर ली। अच्छा ठीक है। खंड आ गई? हाँ मैं पीछे रखवाती, नाले समोसे पैक कर दी। मैं मीटिंग से जाना है, मैं कपड़े बदल के आया पंजा मिनट। चंगा। आ इत्थे चमन लाल दी दुकान केड़ी है जी? चमन लाल? केड़ा चमन लाल? ओ बड़ी मशहूर दुकान है जी कपड़े दी। इन्नी मशहूर है तो तेनू क्यों नहीं पता? पिछली गली च पता कर ले। अरे जे तो है मशहूर चमन की दुकान, बताएगा ही नहीं। जे तेनू इन्नी मशहूर लगती है तो उठ ही जाके काम कर ले। लगदा मशहूर दुकानदार। ये देखिए बांजी, बरगंडी कलर एकदम चंगा लगेगा आप पर। हो ये बरगंडी नहीं है, मैरून कलर। अच्छा, कुछ और बताओ। ठीक है तो ये लीजिए, बढ़िया कपड़ा, एकदम मोटा, सर्दी भी आ रही है देखिए। नहीं नहीं भैया, ये नहीं लेना। अरे छू कर तो देखिए, बहुत मजबूत कपड़ा है, एकदम मजबूत। इन्होंने केड़ा टेंट बनाना है था? चलो उधरो। सत श्रीकाल जी। सत श्रीकाल। तेनू किन्नी वारी क्या गाहक वेख के सूट विखाया कर। यंग जनरेशन है, यंग कुड़ियां ठंड किथे लगदी है जी। तुसी स्लिम हो गए होगे नालो। पर मैं तो इत्थे पहली बार आई हां। अच्छा अच्छा अच्छा, कल मैं कटरीना की फिल्म वेख ली सी, मैंने भुलेखा लग गया। लिया भी लिया सूट वा सिल्क वाले। कोई लेटेस्ट डिजाइन दिखाई वीरे। नीटा, मैं जरा थोनू पीस दिखाऊं लगा ना जी, तोहफा है तोहफा, याद करोगे नीटे नाले नीटे ही दुकान। लिया बिला आ दिखा, शाबाश। आ वेखो जी, आ वेखो। ए आई के नहीं स्माइल थोड़े मुंह ते की कहंदे फिर? मैं जे मुंडा होके आना चाहता तुसा फिर कुड़िया हो। साडा एक समोसा नहीं बिकया, उनां दी दुकान खुलदे सारी गाहक आ गए। जोकर नु देखण लोग आई जांदे ने। आ वेखो देखो, देखो सिट जनी लगे किदा मुन्नी बणया होया। बोड़ी बोड़ी हने तो कुछ नहीं होड़ी, मुंडे ते टिकट ही रख लेण। अच्छा समोसे दे, मैं मीटिंग ते जाना। ओ तो मैं कदे भेजते बिरजू दे हाथ, भज्जो तुसी लेट हो, पहुंच गए होने सारे। हां हां मैं आया। भज्जो 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 भज्जो। मैं समझ गया, थोनू कोई डिफरेंट चाहिए जेड़ा मार्केट छले आया ना होवे, है ना? ले भाई ऐ कर, ओ स्पेशल वाला दिखा इन्हें। कौन सा? सब तो दिखा दिया। लखनवी वर्क वाला दिखा, 35 जेड़ा हैगा ओ कितना दस। इन्हें ना जो देख लो, थोनू जो कुछ पसंद आंदा आ भी सोने हैं। इन्हें जो नहीं
ਲਿਆ ਵੇ ਲਿਆ ਸ਼ਾਬਾਸ਼ ਆ ਦੇਖੋ ਆ ਬੜੀ ਕਮਾਲ ਦੀ ਪਿੰਕ ਨਾ ਦਿਖਾਓ ਪਿੰਕ ਨਾ ਦਿਖਾਓ ਪਿੰਕ ਚ ਨਾ ਮੈਂ ਕਾਲੀ ਲੱਗਦੀ ਹਾਂ ਤੁਸੀਂ ਕੋ ਹੋਰ ਰੰਗ ਵਿਖਾਓ ले लीजिए ना मैडम 30 की है इसमें 25 की लगेंगी आप सच्ची मर जाने मैं 20 दी हां कहां जाना होवे ता 30 दी दसी जांदा मेनू चल नी चल चलिए तो अपन ही लेना कोई सूट ओ एक मिनट बैठो तेरे को सूट चलदा नहीं कटो कट नौकर ते चलदा रख ला नहीं नहीं ते एवे पकाई मारदा तू बैठो सही चल नी चल मेरी गल सुनो ओ चाह मंगाई है जी आ कहां जे दे सिर च पारी जेड़ा मेनू 30 दी आखदा तो 30 की तो लग रही थी ओ तू चुप रहया कर मुंह बंद रखया कर अपना चल गया के नहीं आगी जाना मेनू 30 दी आखदा सी ਤੋਰਤੀਆਂ ਸਵੇਰੇ ਸਵੇਰੇ ਖਾਲੀ ਹੱਥ ਜਦੋਂ ਮੈਂ ਤੇਰੀ ਉਮਰ ਦਾ ਸੀ ਨਾ ਜੇ ਕੋਈ ਗਾਹਕ ਕੱਛਾ ਲੈਣ ਆਉਂਦਾ ਸੀ ਮੈਂ ਉਹਨੂੰ ਸਾਰੇ ਟੱਬਰ ਦੇ ਕੱਪੜੇ ਦੇ ਕੇ ਭੇਜਦਾ ਸੀ ਤੇ ਪਿਓ ਮੇਰਾ ਸਿਰਫ ਗੱਲੇ ਤੇ ਬਹਿੰਦਾ ਸੀ ਸਾਈਕਲ ਤੇ ਕਿਹੜਾ ਗੱਲਾ ਹੁੰਦਾ ਡੈਡੀ ਸਾਰੀ ਮੰਡੀ ਨੂੰ ਪਤਾ ਤੁਸੀਂ ਦੋਵੇਂ ਪਿਓ ਪੁੱਤ ਸਾਈਕਲ ਤੇ ਫੇਰੀ ਲਾਉਂਦੇ ਸੀ ਨਾਲੇ ਦਾਦਾ ਜੀ ਗੱਲੇ ਤੇ ਨਹੀਂ ਸਾਈਕਲ ਤੇ ਡੰਡੇ ਤੇ ਬਹਿੰਦੇ ਸੀ ਜਿਹਨੂੰ ਨਹੀਂ ਵੀ ਪਤਾ ਨਾ ਬਾਜ਼ਾਰ 'ਚ ਉਹਨੂੰ ਵੀ ਦੱਸ ਦੇ ਵੀ ਅਸੀਂ ਡੱਗੀ ਵਾਲੇ ਸੀ ਪੁੱਤਾ ਜਿਹੜੇ ਸਾਈਕਲ ਦੇ ਮਿਹਣੇ ਮਾਰਦਾ ਨਾ ਇਸੇ ਸਾਈਕਲ ਤੋਂ ਆ ਦੁਕਾਨ ਖੜੀ ਕੀਤੀ ਆ ਤੇ ਜਿੱਦਾਂ ਦੀਆਂ ਤੇਰੀਆਂ ਹਰਕਤਾਂ ਨੇ ਮੈਨੂੰ ਲੱਗਦਾ ਦੁਬਾਰਾ ਸਾਈਕਲ ਤੇ ਹੀ ਚੜਾਏਗਾ ਮੈਂ ਚੱਲਿਆ ਵਪਾਰ ਮੰਡਲ ਦੀ ਮੀਟਿੰਗ ਤੇ ਮਗਰੋਂ ਬੋੜੀ ਬੋੜੀ ਕਰ ਲਿਓ ਓਏ ਰੱਬਾ ਕਦੇ ਤੇ ਇਹੋ ਜਿਹੀ ਹਵਾ ਚੱਲੇ ਕੌਣ ਸਾਥੋਂ ਮੱਚਦਾ ਸਾਨੂੰ ਵੀ ਪਤਾ ਚੱਲੇ ਵਾਹ मजा आ गया नीटा पाजी लेकिन समझ आता ना तो ज्यादा मजा तुनु दुना नु तो टीवी ते होना चाहिदा क्यों कट्टू कट बंदा मनता कर लेंदा ऑफ ये बेइज्जती है क्या काम कर काम आपदा बाहर क्यों आया तू चल अंदर हां सूट बेच तू अब फोन देखे काका आहो फोन बिना नहीं सरदा इहदा वड्डे मिर्जे दा 24 घंटे दा फोन ते लगे रहने हो चंगा हां बाबे ओ काका आ देखिए ते फोन नहीं आ रहा बाबे आपदी उम्र नालों 10 साल वड्डा दा फोन चक्की फिरदा एदे च आवाज छड्ड च ता फोन नहीं आउणा चाहिदा ओ देख ला जे हुंदा कुछ ऐ कर इहनू पीजीआई लै जा शायद बची जाए एवें पकाई मारदा किसे होर पासे दिखा लेना दिल्ली दिखा दी एम्स च ਗੋਲੂ ਕੀ ਕਰਦਾ ਪੈਸੇ ਜੋੜਦਾ ਮੰਮੀ ਹਾਏ ਮਾਂ ਡਰ ਜੇ ਮੇਰਾ ਪੁੱਤ ਕਦੋਂ ਦਾ ਪੈਸੇ ਜੋੜਨ ਲੱਗ ਪਿਆ ਸਵੇਰ ਦਾ ਜੋੜਦਾ ਮੰਮੀ ਜੋੜੀ ਨਹੀਂ ਰਿਹਾ ਤੁਸੀਂ ਜੋੜ ਦੋ ਹਾਏ ਹਾਏ ਜੇ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਵੀ ਦਿੰਦੀ ਤੇਰਾ ਕੀ ਕਰਾਂ ਕੋਈ ਕਮਾਈ ਵੱਟੀ ਕੀਤੀ ਕਿ ਨਹੀਂ ਰੰਗ ਗੋਰਾ ਕਰਨ ਦੀ ਕਰੀਮ ਵੇਚੀ ਸੀ ਚਮਨ ਦੇ ਭਈਏ ਨੂੰ ਉਹ ਵੀ 10 ਵਾਲੀ ਤੂੰ 10 ਰੁਪਈਆਂ ਚ ਭਈਆ ਗੋਰਾ ਕਰਨ ਨੂੰ ਫਿਰਦਾ 150 ਵਾਲੀ ਨਹੀਂ ਸੀ ਵੇਚੀ ਜਾਂਦੀ ਉਹਨੇ ਤਾਂ ਕਿ 5 ਵਾਲੀ ਮੰਗੀ ਸੀ ਮੈਂ ਕਿਹਾ 10 ਤੋਂ ਘੱਟ ਤੂੰ ਗੋਰਾ ਨਹੀਂ ਹੋ ਸਕਦਾ ਹਾਂ ਜਿਹੋ ਜਿਹਾ ਚਮਨ ਉਹੋ ਜਿਹਾ ਚਮਨ ਦਾ ਭਈਆ ਉਹ ਨਰੈਣੇ ਕੀ ਕਮੇਟੀ ਦਾ ਕੀ ਬਣਿਆ ਉਹਨੇ ਦਿੱਤੀ ਹੀ ਨਹੀਂ ਤੇ ਭਗਵਾਨੋ ਕੀ ਉਹ ਘਰ ਹੀ ਨਹੀਂ ਸੀ ਜਲਾਲਾਬਾਦ ਵਾਲੀ ਮਮਤਾ ਕੀ ਕਹਿੰਦੀ ਹੈ ਉਹ ਇੰਨੀ ਦੂਰ ਨਹੀਂ ਜਾਇਆ ਜਾਂਦਾ ਪੈਦਲ ਮੇਰੇ ਤੋਂ ਕਿੰਨੀ ਵਾਰੀ ਕਿਹਾ ਸਕੂਟੀ ਲੈ ਦੋ ਕਮੇਟੀਆਂ ਇਕੱਠੀਆਂ ਕਰ ਲਈ ਤੈਨੂੰ ਜਹਾਜ ਨਾ ਲੈ ਦਵਾਂ ਮੀਟਿੰਗ ਤੇ ਚੱਲੀ ਆ ਮੈਂ ਕੋਈ ਕਮਾਈ ਕਮਾਈ ਕਰ ਲਵੀ ਐਵੇਂ ਨਾ ਮੂੰਹ ਚੁੰਗਲ ਪਾ ਕੇ ਬੈਠਾ ਰਹੀ ਅੰਗੂਠਾ ਚੂਸ ਅਨੀ ਜੇ ਤੇ ਭਈਏ ਨੂੰ ਕੁਝ ਵੇਚਦਾ ਹਾਂਜੀ ਸੁਖਪਾਲ ਜੀ ਉਹ ਮਹਾਰਾਜ ਮੈਂ ਕਿੱਥੇ ਦੇ ਸਕਦਾ ਤੁਹਾਡੇ ਬਿਆਨੇ ਦੇ ਪੈਸੇ ਤੁਹਾਨੂੰ ਮੇਰੇ ਹਾਲਾਤ ਦਾ ਤਾਂ ਪਤਾ ਹੀ ਹੈ ਤੇ ਤੁਸੀਂ ਪੇਪਰ ਭਿਜਵਾਓ ਮੈਨੂੰ ਹਾਂ ਹਾਂ ਓਕੇ ਜੀ ਓਕੇ ਪਾਪਾ ਬਸ ਬਸ ਪੁੱਤਰ ਮਹਾਰਾਜ ਕੇ ਚਾਬੀਆਂ ਹਾਂ ਹਾਂ ਮੈਂ ਪਹੁੰਚ ਗਿਆ ਧਰਮਸ਼ਾਲਾ ਬਸ ਫ੍ਰੀ ਹੋ ਕੇ ਫੋਨ ਕਰਦਾ ਤੁਹਾਨੂੰ ਲਓ ਜੀ ਸਾਰੇ ਮੈਂਬਰ ਆ ਗਏ ਨੇ ਹੁਣ ਤੁਸੀਂ ਆਪਣਾ ਦੁਸ਼ਹਿਰੇ ਦਾ ਬਜਟ ਪੇਸ਼ ਕਰੋ ਨਮਸਕਾਰ ਖੰਨਾ ਸਾਹਿਬ ਨਮਸਕਾਰ ਚਲੋ ਕਰੋ ਕਾਰਵਾਈ ਸ਼ੁਰੂ ਮੈਂ ਦੁਕਾਨ ਵੀ ਦੇਖਣੀ ਹੈ ਗਾਹਾਂ ਦੁਕਾਨ ਤੇ ਬੜਾ ਗਾਹਕਾਂ ਨੇ ਸਿਰ ਭੇਟਦੇ ਆ ਪਾਟਿਆ ਸਾਹਿਬ ਨਮਸਕਾਰ ਨਮਸਕਾਰ ਚੱਡਾ ਸਾਹਿਬ ਨਮਸਕਾਰ ਗਲੇਰੀਆ ਜੀ ਨਮਸਕਾਰ ਵਾਹ ਊਸ਼ਾ ਭੈਣ ਜੀ ਵੀ ਆਇਆ
ਉਸ਼ਾ ਭੈਣ ਜੀ ਨਮਸਕਾਰ ਨਮਸਕਾਰ ਇਹ ਮੀਟਿੰਗ ਨਮਸਕਾਰ ਕਰਨ ਵਾਸਤੇ ਨਹੀਂ ਰੱਖੀ ਨਮਸਕਾਰ ਵਟਸਐਪ ਤੇ ਕਰੀ ਤੂੰ ਪਹਿਲਾਂ ਮੇਨ ਮੁੱਦੇ ਤੇ ਆ ਮੇਨ ਮੁੱਦੇ ਤੇ ਮੈਂ ਬਾਅਦ ਚ ਆ ਜਾਂਦਾ ਪਹਿਲਾਂ ਤੇਰੇ ਕੋਲ ਹੀ ਨਾ ਆਜਵਾਂ ਪ੍ਰਧਾਨ ਜੀ ਕਿਹੜੇ ਚੱਕਰਾਂ ਚ ਪੈ ਗਏ ਉਹ ਤੁਸੀਂ ਬਜਟ ਦੀ ਗੱਲ ਕਰੋ ਸਾਰੇ ਕੰਮ ਕਾਜੀ ਬੰਦੇ ਨੇ ਦੁਕਾਨਾਂ ਸੰਭਾਲਣੀਆਂ ਜਾ ਕੇ ਹਾਂ ਤਣੇ ਤੇ ਭਰਾਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪ ਸਭ ਨੇ ਮੈਨੂੰ ਵਪਾਰ ਮੰਡਲ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਹੁਣ ਹੋ ਗਈ ਗਲਤੀ ਅੱਗੇ ਗੱਲ ਕਰ ਉਹ ਛੱਡੋ ਚਮਨ ਜੀ ਤੁਸੀਂ ਬੋਲੋ ਬੋਲੋ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਰਿਹਾ ਸੀ ਤੁਹਾਨੂੰ ਕਿ ਇਸ ਵਾਰ ਬੱਸੀ ਪਠਾਣਾ 'ਚ ਅਸੀਂ ਐਸਾ ਦੁਸਹਿਰਾ ਮਨਾਵਾਂਗੇ ਕਿ ਉਹਦੇ ਸਾਹਮਣੇ ਕੁੱਲੂ ਦਾ ਦੁਸਹਿਰਾ ਵੀ ਫਿੱਕਾ ਰਹਿ ਜੂਗਾ ਵੈਸੇ ਮੈਂ ਸਾਰਾ ਹਿਸਾਬ ਕਿਤਾਬ ਲਾ ਲਿਆ ਪਰ ਫਿਰ ਵੀ ਘੱਟੋ ਘੱਟ 5 ਕੁ ਲੱਖ ਦਾ ਖਰਚਾ ਦੁਸਹਿਰੇ 'ਤੇ ਜ਼ਰੂਰ ਆਏਗਾ 5 ਲੱਖ ਦੁਸਹਿਰਾ ਮਾਰਕੀਟ 'ਚ ਕਰਾਉਣਾ ਕਿ ਗੋਆ ਬੀਚ 'ਤੇ ਕੀ ਗੱਲਾਂ ਕਰਦੇ ਹੋ ਭੈਣ ਜੀ ਪੂਰੇ 2 ਲੱਖ ਤਾਂ ਮੈਂ ਰਾਵਣ 'ਤੇ ਹੀ ਲਾ ਦੇਣੇ ਆ 2 ਲੱਖ ਦਾ ਰਾਵਣ ਫੂਕਣਾ ਹੈ ਕਿ ਆਈ ਸੀ ਯੂ 'ਚ ਰੱਖ ਕੇ ਬਚਾਉਣਾ ਹੈ ਉਹ 2 ਲੱਖ ਦਾ ਰਾਵਣ ਮੈਂ 2 ਲੱਖ ਦੇ ਵਿੱਚ ਦੁਸਹਿਰਾ ਕਰਤਾ ਸੀਗਾ ਪੂਰਾ ਜਦੋਂ ਮੈਂ ਪ੍ਰਧਾਨ ਸੀ ਤੇ ਉਦੋਂ ਫਿਰ ਦੁਸਹਿਰਾ ਦੇਖਿਆ ਵੀ ਤਾਂ ਤੇਰੇ ਕੱਲੇ ਟੱਬਰ ਨਹੀਂ ਸੀ ਪੂਰਾ ਬੱਸੀ ਪਠਾਣਾ ਤਾਂ ਮਰਿੰਡੇ ਗਿਆ ਸੀ ਦੇਖਣ ਓਏ ਯਾਰ ਕਿਹੜੀ ਬਹਿਸ 'ਚ ਪੈ ਗਏ ਤੁਸੀਂ ਓਏ ਜੇ ਪ੍ਰਧਾਨ ਜੀ ਇੰਨੇ ਕੌਨਫੀਡੈਂਸ ਨਾਲ ਕਹਿ ਰਹੇ ਨੇ ਕਿ 5 ਲੱਖ ਲਾ ਕੇ ਆਪਣਾ ਦੁਸਹਿਰਾ ਟੌਪ ਦਾ ਬਣ ਜੂ ਤਾਂ ਹਰਜੀ ਕੀ ਹੈ ਬੰਦੇ ਨੂੰ ਇੱਕ ਚਾਂਸ ਤਾਂ ਦਿਓ ਖੰਨਾ ਸਾਹਿਬ ਜੇ ਇੰਨੇ ਪੈਸੇ ਖਰਚ ਕੇ ਵੀ ਦੁਸਹਿਰਾ ਕਾਮਯਾਬ ਨਾ ਹੋਇਆ ਫਿਰ ਸਮਝ ਲਓ ਪ੍ਰਧਾਨ ਦੀ ਪ੍ਰਧਾਨਗੀ ਖਤਮ ਆ ਕੀਤੀ ਐ ਸਿਆਣੀ ਗੱਲ ਭੈਣ ਜੀ ਨੇ ਮੈਨੂੰ ਲੱਗਦਾ ਸਾਰਿਆਂ ਨੇ ਸੁਣਿਆ ਨਹੀਂ ਇੱਕ ਵਾਰੀ ਉੱਚੀ ਦੇਣੀ ਕਹੋ ਫਿਰ ਪ੍ਰਧਾਨ ਦੀ ਪ੍ਰਧਾਨਗੀ ਗਈ ਉਹ ਹੋਰ ਫਿਰ ਕਿਹੜਾ ਬੰਦਾ ਹੈ ਜਿਹੜਾ ਪ੍ਰਧਾਨ ਬਣ ਸਕਦਾ ਮੇਰੇ ਬਾਰੇ ਤੁਹਾਡਾ ਕੀ ਵਿਚਾਰ ਹੈ ਵਪਾਰੀ ਭਰਾਵੋ ਅਸੀਂ ਨਾ ਪ੍ਰਧਾਨ ਉਹ ਬਣਾਉਣਾ ਜਿਹੜਾ 5-10 ਸਾਲ ਕੱਢੇ ਤੇਰਾ ਤੇ ਕੱਲ ਦਾ ਭਰੋਸਾ ਨਹੀਂ ਅਸੀਂ ਮੀਟਿੰਗਾਂ ਕਰਿਆ ਕਰਾਂਗੇ ਕਿ ਸ਼ਾਂਤੀ ਪਾਠ ਰੱਖਿਆ ਕਰਾਂਗੇ ਚਲੋ ਇਹ ਬਾਅਦ 'ਚ ਦੇਖ ਲਾਂਗੇ ਵੀ ਪ੍ਰਧਾਨ ਕਿਹਨੇ ਬਣਨਾ ਪਹਿਲਾਂ ਇਹਨਾਂ ਦਾ ਦੁਸਹਿਰਾ ਤਾਂ ਦੇਖ ਲਈਏ ਦਿਖਾ ਦਿਆਂਗੇ ਸੀਤਾ ਜੀ ਕੋ ਦੇਖ ਕਰ ਵਿਚਲਿਤ ਵਗਰ ਸ਼੍ਰੀ ਰਾਮ ਪੁਕਾਰ ਰਹੇ ਹੈ ਸੁਮਿਤ੍ਰ ਸ਼ੀਘਰ ਜਾਓ ਨਹੀਂ ਤਾਂ ਕੁਝ ਅਮੰਗਲ ਹੋ ਜਾਏਗਾ ਅਗਲਾ ਡਾਇਲੌਗ ਤਾਂ ਨੀਟੇ ਦਾ ਆਇਆ ਪਰ ਉਹ ਹੈ ਕਿੱਥੇ ਓਏ ਨੀਟੇ ਆ ਜਾ ਹੁਣ ਜਾ ਪੁੱਤ ਤੈਨੂੰ ਬੁਲਾ ਰਹੇ ਨੇ ਇਹ ਨੀਟਾ ਕਦੇ ਟਾਈਮ ਤੇ ਨਹੀਂ ਆਉਂਦਾ ਚੱਲ ਮਿਸ਼ਰੀ ਤਦ ਤੱਕ ਸੈਲਫੀ ਲੈ ਲਈਏ ਸਮਾਈਲ ਪਲੀਜ਼ ਸਾਡੇ ਯਾਰ ਉਹ ਰਾਮਨ ਦਾ ਡਾਇਲੌਗ ਤੇ ਬਾਵਾ ਖਿੱਚ ਲਾ ਮੂੰਹ ਦੁਖਣ ਲੱਗ ਗਿਆ ਮੇਰਾ ਨਹੀਂ ਚਲੋ ਵੀ ਚਲੋ ਆ ਜਾ ਬੜੀ ਛੇਤੀ ਆ ਗਿਆ ਤੂੰ ਅਸੀਂ ਕਦ ਦੇ ਆਏ ਹੋਏ ਆ ਫਿਰ ਇਹ ਕਿਹੜਾ ਪ੍ਰਧਾਨ ਦੇ ਮੁੰਡੇ ਆ ਓਏ ਹੈਲੋ ਪ੍ਰਧਾਨ ਦੀ ਕੁੜੀ ਮੈਂ ਵੀ ਰਹੀ ਆ ਕਦੀ ਦੇਖਿਆ ਮੈਨੂੰ ਕਿਸੇ ਵੀ ਫੰਕਸ਼ਨ ਤੇ ਲੇਟ ਆਉਂਦੇ ਹੋਏ ਤੇਰਾ ਕੀ ਆ ਤੂੰ ਤਾਂ ਵਿਹਲੀ ਆ ਕੱਲ ਦੁਕਾਨ ਖੁੱਲੂਗੀ ਤੇ ਤੂੰ ਕੱਲ ਹੀ ਭੇਜ ਇਹ ਬਲੂਟੁੱਥ ਜਪਾ ਕੇ ਨਾ ਅਗਰ ਇੱਥੇ ਡਿਸਟਰਬ ਹੁੰਨੇ ਆ ਸੀ ਓ ਯਾਰ ਰੈਸਲ ਕਰ ਲੋ ਮੈਂ ਦੁੱਧ ਪਾਉਣ ਵੀ ਜਾਣਾ ਚੱਲ ਮਿਸ਼ਰੀ ਡਾਇਲੌਗ ਬੋਲ ਉਹਦੀ ਮਾਂ ਚ ਵੇਟ ਕਰ ਰਹੀ ਹੈ ਸ਼੍ਰੀ ਰਾਮ ਪੁਕਾਰ ਰਹੇ ਹੈ ਕੀ ਗਵਾਚ ਗਿਆ ਤੇਰਾ ਚੂਹੀਆ ਪਕੜਾ ਹੈ ਸੇਠ ਜੀ ਕਿਉਂ ਦੁੱਧ ਚੋਣਾ ਉਹਦਾ ਅਰੇ ਨਹੀਂ ਸੇਠ ਜੀ ਚੂਹੀਆ ਪਕੜ ਕੇ ਨਾ ਚਮਨ ਕੀ ਦੁਕਾਨ ਮੈਂ ਡਾਲ ਹੈ ਤਾਂਕਿ ਚੂਹੀਆ ਸੇ ਵੀ ਬਦਲੋ ਪੂਰਾ ਹੋ ਜਾਏ ਔਰ ਚਮਨ ਸੇ ਵੀ ਹਟ ਵਾਹ ਬਿਰਜੂ ਵਾਹ ਤੇਰੇ ਦਿਲ ਚ ਚਮਨ ਲਈ ਇੰਨੀ ਖੁੰਦਕ ਦੇਖ ਕੇ ਮੇਰਾ ਦਿਲ ਬਾਗੋ ਬਾਗ ਹੋ ਗਿਆ ਮੰਗ ਕੀ ਮੰਗਦਾ ਹੈ ਨਹੀਂ ਜੀ ਰਹਿਣ ਦੋ ਉਹ ਮੰਗ ਲੈ ਅੱਜ ਮੈਂ ਤੇਥੋਂ ਬਹੁਤ ਖੁਸ਼ ਹੈ ਨਹੀਂ ਜੀ ਰਹਿਣ ਦੋ ਹੁਣ ਮੰਗੇਗਾ ਵੀ ਕਿ ਚਪੇੜਾ ਹੀ ਖਾਏਗਾ ਮੇਥੋਂ ਜਬ ਆਪ ਇਤਨਾ ਕਹਿ ਰਹੇ ਹੋ ਤੋ ਮਾਰਕੀਟ ਕੀ ਪ੍ਰਧਾਨਗੀ ਦੇ ਦੋ ਦੇ ਦਿੰਦੇ ਹੈ ਪ੍ਰਧਾਨਗੀ ਹੁਣ ਹੀ ਲੈਣੀ ਹੈ ਕਿ ਘੰਟਾ ਕੁ ਠਹਿਰ ਕੇ ਦੇ ਦੇ ਨਹੀਂ ਜੀ ਰਹਿੰਦੋ ਜੀ ਉਹ ਕੰਜਰਾ ਆਪ ਪ੍ਰਧਾਨਗੀ ਕਰਕੇ ਹੀ ਤਾਂ ਮੈਨੂੰ ਟੈਨਸ਼ਨ ਹੋਈ ਪਈ ਹੈ ਡੈਡੀ ਪ੍ਰਧਾਨਗੀ ਦੀ ਟੈਨਸ਼ਨ ਪ੍ਰਧਾਨ ਨੂੰ ਹੋਵੇ ਤੁਸੀਂ ਕਾਹਨੂੰ ਲੈ ਗਿਆ ਨਾਲੇ ਤੁਸੀਂ ਐਕਸ ਪ੍ਰਧਾਨ ਹੋ ਐਕਸ ਮੈਂ ਮੌਜੂਦਾ ਪ੍ਰਧਾਨ ਬਣ ਸਕਦਾ ਹੈ ਜੇ ਦੁਸਹਿਰਾ ਕਿਸੇ ਤਰ੍ਹਾਂ ਫੇਲ ਹੋ ਜਾਏ ਤਾਂ ਦੁਸਹਿਰਾ ਫੇਲ ਹੋਣ ਨਾਲ ਤੁਹਾਡੀ ਪ੍ਰਧਾਨਗੀ ਦਾ ਕੀ ਕਨੈਕਸ਼ਨ ਧੀਏ ਮੈਂ ਦੁਸਹਿਰੇ 'ਚੋਂ ਮਸਾਂ 50-60 ਹਜ਼ਾਰ ਦੀ ਕੁੰਡੀ ਲਾਉਂਦਾ ਹੁੰਦਾ ਸੀ ਅਤੇ ਚਮਨ ਦੁਸਹਿਰੇ 'ਚੋਂ 2 ਲੱਖ ਦਾ ਟਾਂਕਾ ਲਾਉਣ ਨੂੰ ਫਿਰਦਾ ਕਮੇਟੀ ਨੇ ਪਰਮਿਸ਼ਨ ਤਾਂ ਦੇ ਦਿੱਤੀ ਹੈ ਪਰ ਨਾਲੇ ਵਾਰਨਿੰਗ ਵੀ ਦਿੱਤੀ ਹੈ ਕਿ ਜੇ ਦੁਸਹਿਰਾ ਫੇਲ ਹੋ ਗਿਆ ਤਾਂ ਤੇਰੀ ਪ੍ਰਧਾਨਗੀ ਗਈ ਪ੍ਰਧਾਨਗੀ
भैया दीदी ने समोसा भेजे हैं गरम गरम। मिश्री लंच टाइम हो गया। हेलो ओए मेरी शेरता कर जा। ओके ओके लीजिए हमारी मिश्री दीदी ने आपके लिए भेजा है। आ जा गड़ू मिश्री तू मेकअप दा समान दिखाई कोई। हाँ ले तेनू मेकअप दी की लोड़ है तू ते पहले इन्नी सोहनी है। सारे मुल्ले दी कुड़ी कहंदी तू पूरा सोहनी नहीं लगती। ले तू ते इस गल ते मानहानी ते केस कर सकदी है जेड़े कहंदे ने तू सोहनी नहीं। मेरी नजर नाल देख तू बहुत सोहनी है। थैंक यू गोलू थैंक यू सो मच। पर मिश्री मैं सुनिया तू आइलेट करके बाहर जाना है। तेनू किन्ने कहता तेरियां गल्ला सुन के तो मेरे दुकान तो बाहर जान नु जी नहीं करदा। बाहर मैं सो जाना। सच्ची चल मैं चलती हूं। कितने चली मिश्री की गल मेकअप दा समान नहीं लेना। मेकअप दी हुन की लोड़ है गुरु तो कहते इतना मैं सोनी हां तो तेरी गल तो मेनू पूरा यकीन है। सच्ची चल चंगा रुक जा मिश्री। हां आ लिपस्टिक मेरे वालों तेरे लिए ये हल्ले तक मार्केट किसी ने लाई नहीं। क्यों कोई लेंदा ही नहीं। ओ चल मैं ले लेनी हूं। इथे नेटवर्क नहीं हैगा भाई। हट ले तू जा। मैं 4 बजे तेनू बब्बू की दुकान ते मिलदा। नमस्ते आंटी। नमस्ते नीटा की हाल है। मैं ठीक हां तुम सुनाओ। तेनू अपने पेकियां तो रिश्ता कराना मैं। हैं हैगा कोई चंगा घर। हां सुनारियां दा मुंडा कल्ला कल्ला दो दुकानां आंदी है गहना गट्टा भी बाबा पान के मुंडा जिहो जे तेरे लक्षण ने ना तेनू मुंडा ही सूट करदा है। मेरे लक्षण छड्ड आंटी आप दा मुंडा साहब। ओ देख थोड़ी दुकान लटाउन ते लगा मैं करदा सारे नाल गल। गोलू होई कोई बोनी छोनी। बोनी हां हां जी हो गई बोनी करन लई ते बैठे सवेर तो चाई जी। जे बोनी होई है तो बोनी वाले पैसे किथे है। बोलदा नहीं है जिहड़ी ओनू मारो सुरखी चुकाई है ओदे पैसे किथे ने। पैसे मेरे खाते च पा दियो। खाता तेरा स्विस बैंक च चलदा ना। पहला तेरे प्यो दे एना कार्य करके सारी दुकान उजड़ गई ओही कुछ हुन तू शुरू करता। बोनी दा तो पता नहीं पर तेरी तौणी जरूर होएगी अज कि धन है जदी बोनी पर ते लगा होया जपानी जोकर जिया। डराता सी मैनू चल डराता। गल सुन मेरी पेंड उत्ते करी। वाह वाह आ हुंदा रावण। सही गल है भई इस च कोई शक नहीं चमन दा रावण रावण लगदा तुझे दूंगा मैं गाड़ी के नीचे जैसे लग रहा है ना। थोड़ा अपना सत्ता रिपोर्टर रेशम सिंह तत्ता ठंडे कैमरामैन राज जीवाणा दे नाल आ तुसी देख रहे हो मेरे पीछे दशहरे दा माहौल थोनू मिलाने उस खास शख्स दे नाल जिन्ने ए सारा कार्यभार सांभिया होया। आओ जी। हां जी प्रधान जी। इलाका निवासी सज्जनो जिवें कि तुहानू पता ही है श्री राम। पहला तू जकारे ला ला मैं बाद च बोल। पिछे खड़ जा। हां जी प्रधान जी ए दशहरा हर साल मनाया जांदा है इस बार तुसी प्रधान हो तुसी स्पेशल की कीता। बोलो खंदर कीता होर की कीता है। हाथ कंगन को आरसी किया 65 फुट का रावण अपने मुंहों अपनी तरीफ आप बोल के दस रहा। पिछले साल भी रावण बनाया सी। रावण कहदा बनाया सी बेचारे का मजाक ही उड़ाया सी। पर इस साल मैं 2 लाख के पटाके फिट किए हैं बस माड़ा जिहा रिमोट दबण की देर आ फिर देखो पटाकों की आवाज लाहौर तक किवें जाती है। ठा ठा जय श्री राम। सचदेवा जी
इस दशहरे के मौके से तुम जनता की कहना चाहोगे? मैं यही कहना चाहूंगा कि बुराई उपर अच्छाई की जित का प्रतीक है इस दशहरे का त्यौहार। पिछले साल बुराई सी ते ए साल अच्छाई जित के आ खड़ी है तुहाड़े सामने। बस 10 मिनट ही होर खड़ी है। लो जी ए साडे प्रधान दा दावा। मैनूं लगदा साडे चीफ गेस्ट भी आ चुके ने। विजय नरूला जी, लो जी आओ स्वागत करदे आ साडे चीफ गेस्ट नरूला जी दा। मैं दमे दा मरीज हां। डॉक्टर ने मैनूं पोल्यूशन वाली जगह ते जाण नूं मना कीता होया है। पर चमनलाल जी, हां जी, मैं सिर्फ तुहाडे करके अज इत्थे आया। तुसीं दशहरे तां एमएलए साहब बथेरे देखे होणगे, पर एक गल मैं दावे नाल कह सकदा कि यह दशहरा तुहानूं हमेशा याद रहूगा। आओ जी, प्लीज आओ। एमएलए साहब, एमएलए साहब जी, मैं मेघनाथ, 10 साल हो गए मेघनाथ बनते नूं जी, मेरा बिल माफ करा दो जी, मेरा गरीब दा मीटर पट के लै गया जी। हाँ, पहले तू मीटर पटा लिया, हुण प्रधान दी मीटिंग पट दे। मशहूर दशहरा तुम देख रहे हो ठंडी न्यूज़ के नाल। सब तो पहले तुम दिखाया जाएगा लक्ष्मण मेघनाथ संवाद, तो उस तो बाद रिमोट दब के 65 फुट का रावण अग के हवाले किया जाएगा। नरूला साहब, रामलीला के सारे पात्र साढ़े बसी बिठाने दे आ। ओह, होर श्रीलंका तो बुलाने से इतों ही होने से। जय शंकर जी, जय महावीर, जय श्री राम। मरने के लिए तैयार हो जा और मरने के लिए तैयार हो जा। आ जा, जय श्री राम। यार पहला मैनू मार दो, मैं दुध पाउण वी जाणा। जय शंकर की। ओए, आ की हो रहा प्रधान जी, क्यों मंडी दा जुलूस कढ़ा रहे हो? असल विच ना जी, जिहड़ा रावण आ ना, इह दूजी आ, इहनू दुध पाउण दी काली आ, तां थोड़ा पहला मर गया। आ पहली वारी देखिया है कि रावण तां मर गया, कुंभकरण ते मेघनाथ सेल्फी खिचाई जांदे आ। लगदा प्रधान ने दशहरा पार्ट 2 बनाना होणा है, जिहदे च मेघनाथ अपने प्यो दी मौत दा बदला लऊगा। ओ मेघनाथा, क्यों मेरा जुलूस कढ़न लग्या सेल्फियां लै लै के? ते तू मर नहीं हुंदा। सल्फास खा के मर जा, जे तीर वजूगा तां ही मरूंगा। तुसीं उहनां नूं छड्डो जी, आ रिमोट फड़ो, इहदा बटन दबो, ते जिहड़े मैं 2 लाख दे पटाके रावण दे विच फिट कीते ने, उहनां दे धमाकियां दी आवाज़ लाहौर तक जाऊगी। दबो बटन। लो जी, रावण के पटाखे की आवाज लाहौर तक जाएगी, ए दावा प्रधान दा। दूर दूर हो जाओ, चीफ गेस्ट साहब रिमोट दा बटन दबन लगे ने। जी एक मिनट, हुण चलाओ। 2 लाख दा रावण बनाया, 20 रुपए दे सेल भी पवा लेने सी। लो जी, साडी सारी लाइव ऑडियंस देख रही है, रावण नु अग लग चुकी है। चढ़ गए ना भांबड़ समानी। लो जी, रावण नु अग लग चुकी है। चमनलाल जी, अज जो कुछ भी होया उहदे बारे कोई स्पष्टीकरण देना चाहोगे? आजो। ਇੰਨਾ ਤਾਂ ਬਣਦਾ ਹੈ। ਬਿਲਕੁਲ, ਤੁਹਾਡਾ ਸਭ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਕਾਹਦਾ ਪ੍ਰਧਾਨ? ਪ੍ਰਧਾਨਗੀ ਬੜ ਗਈ ਚੁੱਲ੍ਹੇ 'ਚ। ਇਹ ਪਹਿਲੀ ਵਾਰੀ ਦਸ਼ਹਰਾ ਦੇਖਿਆ ਹੈ ਜਿਹਦੇ 'ਚ ਰਾਵਣ ਮਰ ਗਿਆ ਹੈ, ਮੇਘਨਾਥ ਤੇ ਕੁੰਭਕਰਨ ਜਲੇਬੀਆਂ ਖਾਂਦੇ ਫਿਰ ਰਹੇ ਹੈ ਮੇਲੇ 'ਚ। ਬਿਲਕੁਲ ਸਹੀ ਕਿਹਾ ਨੇਜਾ ਭਰਾ ਜੀ ਨੇ। ਲਾਹੌਰ ਤੱਕ ਪਟਾਕਿਆਂ ਦੀਆਂ ਆਵਾਜ਼ਾਂ ਤਾਂ ਨਹੀਂ ਪਹੁੰਚੀਆਂ, ਪਰ ਧੂਆਂ ਜ਼ਰੂਰ ਪਹੁੰਚ ਗਏ। ਲਾਹੌਰ ਵਾਲੇ ਵੀ ਪਤਾ ਨਹੀਂ ਕਿਹੋ ਜਿਹੀਆਂ ਗਾਲਾਂ ਦਿੰਦੇ ਹੋਣੇ ਨੇ। ਆ 2 ਲੱਖ ਦੇ ਸੈਲੈਂਟ ਪਟਾਕੇ ਚੈਨਾ ਤੋਂ ਮੰਗਵਾਏ ਸੀ, ਆਵਾਜ਼ ਹੀ ਨਹੀਂ ਆਈ। ਚੱਡਾ ਸਾਹਿਬ, ਮੈਨੂੰ ਲੱਗਦਾ ਮੇਰੇ ਨਾਲ ਅੱਜ ਕੋਈ ਸ਼ਡਿਆਂਤਰ ਹੋਇਆ। ਦੇਖੋ ਜੀ, ਦੁਸ਼ਹਿਰਾ ਤਾਂ ਪੂਰੀ ਤਰ੍ਹਾਂ ਫੇਲ ਹੋ ਗਿਆ। ਹੁਣ ਆਪਾਂ ਨੇ ਇਹ ਫੈਸਲਾ ਕਰਨਾ ਹੈ ਕਿ ਨਵਾਂ ਪ੍ਰਧਾਨ ਕੌਣ ਬਣੇ। ਕਿਹਨੂੰ ਬਣਾਓਗੇ ਪ੍ਰਧਾਨ?
पूरे बसी पठाना च मेथों वड्डा होनहार लभोगे कित्थों। इस गल दे उत्ते ता चमन लाल जी थानू सलूट बनता है, इन्नी बेइज्जती कराण तो बाद भी अपने आप नू होनहार दस रहे। हुण करो फैसला, प्रधान बनू कौन? जे साडी नौजवानां दी मन्नो तां इक ही शख्स मार्केट संभालण दे लायक है। बोल बोल, दस पुत कौन? काला मोबाइल आण। ओ यार, इक्को इक तां दुकान आ बसी पठाणे च फोनां दी। काले, बंद कर मोबाइल। तू दस पुत कौन है ओ? अनेजा अंकल, तू छे मु तेरा। तेरे कहते तां घर च चाह नहीं बनदी, नेजा प्रधान कित्थों बन जू? होर किसे दा सहमत होना वी जरूरी हुंदा है। बुराई ते अच्छाई दी जीत हुंदी है, तां तुहानूं पता ही है। पर बुराई ते हलवाई दी भी जित हुंदी है, ए थानू हुण पता लग गया होना। नमस्ते, मुबारक। होर जी महाराज। आओ जी, जय माता दी, जय माता दी। जी हुंदा रे पुत्तर। कल मिश्री ने दस्या कि अपनी किरणा नू देखण मुंडे आले आ रहे है। मैं रातो रात खोआ मार के बर्फी तैयार कर ली ले आ डबे। किरना नू देखने वाले आ रहे ने। नीटे ने तेरे वास्ते सूट लग कट के रखा होया। सच्ची करना, जे मेरी भैन हुंदी ना सकी, मैं ओही सूट देना जिन्हों आज तेनू विखाउना। आओ कदा सब अंदर आओ, आज आज प्लीज। यशोमती मैया से बोले नंदलाला, राधा क्यों गोरी मैं क्यों काला। लो जी, मैनू तां कुड़ी बहुत प्यारी लगी, इसे करके ते दस पाई है। भैन जी, किरना ते इन्नी प्यारी है, जेड़े घर च जाएगी चार चन्न लगा देगी। उषा भैन जी, साडा भी इको एक मुंडा है, ते सानू घर संभालन वास्ते एहो जिही कुड़ी चाहीदी है। बिलकुल जी, ए घर भी इन्नी सांभिया होया है। अच्छा, 7-8 साल दी सी जद इहदी मां दुनिया तो चली गई, तद तो इहो सांभ रही है सब कुछ। भरा जी, होर कुछ पुछना तो पुछ लो। देखो जी, रहना तो बच्चे ने कट्ठे है। दीपक बेटा, तुसी कुछ पूछना तो पूछ लो। तुहाडी क्वालिफिकेशन की है जी? एमए। कादे च? इंग्लिश। ते केड़े कॉलेज तो? देव समाज कॉलेज। खन्ना साहब, बेटी। भाई साहब, बोलने च थोड़ी तकलीफ है, इलाज चल रहा है, डॉक्टर ने कहा छेती ठीक हो जाएगी। भाई साहब, मैं कहना पहले इलाज ही करवा लो। ऐसी केड़ी गल है भरा जी, तुसी कुड़ी वाल देखो, किन्नी पढ़ी लिखी है, दोवां दी जोड़ी किन्नी सोहनी लग रही है, किन्ना वधिया परिवार है। ये तो माड़ी मोटी समस्या है, डॉक्टर ने क्या हल हो जाएगी। उषा भैन जी, साढ़े इको एक बेटा है, ते रिश्तेदार की कहणगे कि पता नहीं लैन देन दे चक्कर दे विच असीं ये रिश्ता कीता। कोई गल नहीं, तुसी पहला बेटी का इलाज करवाओ, ते बाकी समझौक तो उपर वाले दे लिखे होंगे। तेरे सिर ते फूल किड्डा सोहना, नहीं किते इदा नहीं गुमान जिहा करदी, जिवें मेरे अगे बीबा बच्चा जिहा बनी रहनी है। जे बाकी सारिया ना मेरे में ते की जांदा तेरा। मिलो। हां, मैं जरा लंबरदार दे घर चलिया। ओ आ जा बेरे, आ जा, चलिए फटाफट। ओ आ बापू जी, चलो। ओ आ खल पियो दी। ठीक है चाचा। ले है दस, ऐ ता घोटिया गया साग। चल पासे हो गेरा, चल उठ, चल मैं दसा। आ वेखे दा, ऐ ऐ करके ऐ चंगी तरह घोटना घुमा के ऐदा। ठीक है, चल घोट हूँ चंगी तरह जिवें दस्या मैं। चल हाथ ना सड़ ली। चंगा चाची,
ਪਿਆ ਭੋਲਿਆ ਅਚਾਰਕ ਬੰਬਲ ਰਹਿ ਗਏ ਸੀ ਵਟਣ ਵਾਲੇ ਜੇ ਹੱਥ ਵਟਾ ਦਿੰਦਾ ਤਾਂ ਮੈਂ ਹੀਰੇ ਦੇ ਪਾਪੇ ਦੇ ਨਾ ਝੱਗੇ ਦੇ ਬਟਨ ਲਾਉਣ ਵਾਲੇ ਲਾ ਦਵਾਂ ਅੱਛਾ ਬੰਬਲ ਚਾਚੀ ਹੋਂ ਤਾਂ ਮੇਰਾ ਬਾਈ ਫਿਕਰ ਕਰਦਾ ਹੋਣਾ ਵੀ ਭੋਲਾ ਸੁਦੇਹਾਂ ਦਾ ਗਿਆ ਹਲੇ ਤੱਕ ਮੁੜਿਆ ਨਹੀਂ ਪਰ ਤੈਂ ਕਿਹੜਾ ਨਿਤ ਨਿਤ ਕਹਿਣਾ ਚੱਲ ਫੜਾ ਹੋਵੇ ਪਾਣੀ ਦੇ ਲੈ ਨਾ ਹੈ ਕੌਣ ਇਹ ਛਿੰਦੀ ਆ ਮੇਰੀ ਪਿੱਪਲ ਮਾਜਰੀ ਵਾਲੀ ਨਨਾਣ ਪੂਰੀ ਹੋ ਗਈ ਸੀ ਨਾ ਉਹਦੀ ਕੁੜੀ ਨੀ ਛਿੰਦੀ ਭੋਲੇ ਨੂੰ ਨਾ ਦੋ ਫੁਲਕੇ ਲਾ ਦੇ ਮੈਂ ਜਰਾ ਆਪਣਾ ਕੰਮ ਕਰ ਲਵਾਂ ਹੈ ਠੀਕ ਆ ਤੁਸੀਂ ਸਾਰੇ ਪਿੰਡ ਵਾਲਿਆਂ ਦਾ ਇੰਨਾ ਹੀ ਕੰਮ ਕਰਦੇ ਹੋ ਲਾਹੌਰ ਮੈਨੂੰ ਤਾਂ ਕੱਲ੍ਹ ਨਾਲ ਦੇ ਪਿੰਡ ਮਕਡੋਨੇ ਵਾਲੇ ਵੀ ਕਹਿੰਦੇ ਸੀ ਵੀ ਭੋਲਿਆ ਸਾਡਾ ਵੀ ਹੱਥ ਵਟਾ ਜਾ ਕਰ ਅੱਛਾ ਤਾਂ ਫਿਰ ਲੈ ਜਵਾਬ ਹੀ ਦੇਣਾ ਸੀ ਦੇਤਾ ਤੋੜ ਕੇ ਮੈਂ ਕਿਹਾ ਭੋਲੇ ਦੇ ਆਪਣੇ ਪਿੰਡ ਦੇ ਕੰਮ ਹੀ ਨਹੀਂ ਮੁੱਕਦੇ ਹੋਰ ਪਿੰਡਾਂ ਦੇ ਕੰਮ ਕਰਕੇ ਮੈਂ ਕਿਹੜੀ ਜਲਦਾਰੀ ਲੈਣੀ ਆ ਚੱਲ ਭਾਈ ਹੋ ਗਿਆ ਇਹ ਤਾਂ ਮੈਂ ਚੱਲਦਾ ਉਹ ਨਹੀਂ ਨਹੀਂ ਮੈਂ ਰੋਟੀ ਪਾਉਂਦੀ ਹਾਂ ਉਹ ਨਾ ਭਾਈ ਭਾਬੀ ਨੇ ਪਤਾ ਨਹੀਂ ਕੀ ਕੁਛ ਬਣਾ ਕੇ ਰੱਖਿਆ ਹੋਣਾ ਆਖੇ ਇੱਕੋ ਇੱਕ ਤੇ ਮੇਰਾ ਦਿਓਰ ਹੈ ਨਾ ਖਾਵਾਂ ਨਾ ਤੇ ਝੱਟ ਮੂੰਹ ਮਹਿਸੂਸਿਆ ਜਿਹਾ ਕਰ ਲੈਂਦੀ ਆ ਨਿਕਾਹ ਜਾ ਚੰਗਾ ਨੀ ਛਿੰਦੀ ਭੋਲਾ ਰੋਟੀ ਖਾ ਵੀ ਗਿਆ ਨੀ ਛੇਤੀ ਮਾਮੀ ਜੀ ਮੈਂ ਪੁੱਛਿਆ ਸੀ ਉਹ ਕਹਿੰਦਾ ਘਰ ਜਾ ਕੇ ਖਾਓ ਬਹਿ ਜਾਓ ਨੀ ਉਹਦਾ ਵਿਚਾਰੇ ਦਾ ਕਿਹੜਾ ਘਰ ਜੰਮਦੇ ਦਾ ਪਿਓ ਮਰ ਗਿਆ ਮੱਸੀ 7-8 ਕੁ ਸਾਲ ਦਾ ਸੀ ਕਿ ਮਾਂ ਗੁਜ਼ਰ ਗਈ ਸਿਧਰਾ ਤਾਂ ਸ਼ੁਰੂ ਤੋਂ ਸੀ ਪੜਿਆ ਪੁੜਿਆ ਇੱਕ ਅੱਖਰ ਨਹੀਂ ਉੱਤੋਂ ਭਰਜਾਈ ਆਈ ਤਾਂ ਉਹਨੇ ਜ਼ਮੀਨ ਦੇ ਲਾਲਚ ਨੂੰ ਇਹਨੂੰ ਘਰੋਂ ਹੀ ਕੱਢਤਾ ਆਖੇ ਬਾਈ ਗੁੱਸੇ ਹੋਊ ਭਾਬੀ ਰੋਟੀ ਬਣਾ ਕੇ ਉਡੀਕਦੀ ਹੋਊ ਪਤਾ ਨਹੀਂ ਇਹੋ ਜਿਹੀਆਂ ਗੱਲਾਂ ਕਰਕੇ ਕਿਹੜੇ ਦਿਲ ਨੂੰ ਤਰਵਾਸੇ ਦਿੰਦਾ ਰਹਿੰਦਾ ਮਾਮੀ ਜੀ ਫਿਰ ਤਾਂ ਬੜੀ ਗਲਤੀ ਹੋ ਗਈ ਮੈਥੋਂ ਵੱਡੀ ਗਲਤੀ ਹੋਈ ਆ ਵੇਖ ਪੈਸਾ ਧੇਲਾ ਵਿਚਾਰਾ ਕਿਸੇ ਤੋਂ ਲੈਂਦਾ ਨਹੀਂ ਮੋਹ ਦਾ ਮਾਰਿਆ ਰੋਟੀ ਟੁਕਲੀ ਸਾਰੇ ਪਿੰਡ ਦੇ ਕੰਮ ਸਵਾਰਦਾ ਫਿਰਦਾ ਬੋਲੇ ਤੂੰ ਸਾਡੇ ਲਈ ਕਿੰਨਾ ਕੁਝ ਕਰਦਾ ਹੈ ਤੇਰਾ ਦੇਣ ਅਸੀਂ ਕਿਵੇਂ ਦੇਵਾਂਗੇ ਉਹ ਚਾਬੀ ਜਦੋਂ ਤੂੰ ਐ ਕਹਿਣਾ ਉਹਨਾਂ ਨਾ ਪੱਕਾ ਪੁੱਠੀ ਗੱਲ ਕਰਦਾ ਉਹਨਾਂ ਉਹ ਨਾ ਬੋਲੇ ਵੀਰ ਮੈਂ ਤਾਂ ਐ ਕਹਿ ਰਿਹਾ ਤੇ ਤੂੰ ਵੀ ਪੜਨਾ ਲਿਖਣਾ ਸਿੱਖ ਜੇ ਹੈ ਉਹ ਨਾ ਯਾਰ ਜਦੋਂ ਪੜਾਈ ਲਿਖਾਈ ਬਿਨਾ ਵਧੀਆ ਲੰਗੀ ਜਾਂਦੀ ਹੈ ਫੇਰ ਮੈਂ ਹੁਣ ਔਖੇ ਕਦਲੀ ਹੋਣਾ ਉਹ ਅਸੀਂ ਸੌਖੇ ਹੋ ਜਾਾਂਗੇ ਅੱਛਾ ਉਹ ਕਿਵੇਂ ਓਏ ਉਹ ਇਹਦੇ ਕਹਿਣ ਦਾ ਮਤਲਬ ਹੈ ਸਕੂਲੋਂ ਜਿਹੜਾ ਘਰ ਦਾ ਕੰਮ ਮਿਲੂ ਉਹ ਤੂੰ ਕਰ ਦਿਆ ਕਰੀ ਉਹ ਨਾ ਬਾਈ ਹਾਂ ਕੰਮ ਬੜਾ ਔਖਾ ਮੇਰੇ ਲਈ ਮੈਨੂੰ ਤਾਂ ਤੁਸੀਂ ਨਾ ਆਪਣੇ ਮਾਸਟਰ ਨੂੰ ਪੁੱਛ ਕੇ ਉਹਦੇ ਘਰ ਦੇ ਚਾਰ ਕੰਮ ਦੱਸ ਦਿਓ ਜੇ ਉਹਦੇ ਬਦਲੇ ਤੁਹਾਡੀ ਕੋਈ ਰਾਤ ਕਰਦਾ ਤਾਂ ਉਹ ਤੈਨੂੰ ਵੀਰੇ ਕੇ ਸਾਦੇ ਸੀ ਹਾਂ ਆਖੇ ਵੀ ਭੋਲਾ ਛੇਤੀ ਗੇੜਾ ਮਾਰ ਕੇ ਜਾਵੇ ਆ ਪਰ ਵਾਰੀ ਦਾ ਪੰਜਾਬੋ ਤਾਈ ਗਈ ਸੀ ਉਹ ਤੂੰ ਦੇਖ ਲਈ ਕੋਈ ਨਾ ਭੋਲਾ ਚਲੇ ਜਾ ਹਾਂ ਭਾਈ ਉਹ ਮੋਖਾ ਕਹਿੰਦਾ ਸੀ ਵੀਰੇ ਕੇ ਸਾਦੇ ਆ ਆਹੋ ਮੈਂ ਹੀ ਸੱਦਿਆ ਸੀ ਤੁਸੀਂ ਨਾ ਸਾਡੇ ਪਿੰਡ 'ਚ ਨਵੇਂ ਹੋ ਭੋਲੇ ਦਾ ਅਸੂਲ ਆ ਕੰਮ ਨਾ ਸਾਰਿਆਂ ਦੇ ਵਾਰੀ ਸਿਰ ਕਰਦਾ ਤੁਸੀਂ ਕੰਮ ਦੱਸ ਦਿਓ ਮੈਂ ਵਾਰੀ ਸਿਰ ਆ ਕੇ ਕਰ ਦੂੰਗਾ ਕੰਮ ਕੋਈ ਨਹੀਂ ਇਹ ਰੋਟੀ ਖਾਣ ਨੂੰ ਬੁਲਾਇਆ ਸੀ ਉਹ ਨਾ ਨਾ ਰੋਟੀ ਤਾਂ ਮੈਂ ਘਰੇ ਜਾ ਕੇ ਖਾਊ ਭਾਬੀ ਤੇਰੇ ਨੂੰ ਸੁਨਾ ਦਿੱਤਾ ਸੀ ਬਈ ਭੋਲਾ 'ਚ ਰੋਟੀ ਸਾਡੇ ਵਾਲੀ ਖਾਊਗਾ ਉਹ ਕਹਿੰਦੀ ਸੀ ਕੋਈ ਨਾ ਚੱਲ ਖਾ ਲਾ ਇਹ ਤਾਂ ਕਿਉਂ ਨਾ ਚੋਪੜੀਆਂ ਕੀ ਗੱਲ ਚੋਪੜੀਆਂ ਨਹੀਂ ਪਸੰਦ ਉਹ ਨਾ ਨਾ ਪਸੰਦ ਤਾਂ ਬਹੁਤ ਜ਼ਿਆਦਾ ਸ਼ੱਕਰ ਕਿਉਂ ਨਾ ਰੋਟੀ ਖਾਧੀ ਹੋ ਬੜੇ ਚਿਰ ਬਾਅਦ ਮੇਰੀ ਬੀਬੀ ਖਵਾਉਂਦੀ ਹੁੰਦੀ ਸੀ ਮੈਨੂੰ ਬੜਾ ਪਿਆਰ ਕਰਦੀ ਸੀ ਮੇਰੀ ਬੀਬੀ ਮੈਨੂੰ ਚੰਗਾ ਜੀ ਮੈਂ ਚੱਲਦਾ ਓ ਕੀ ਗੱਲ ਸਵਾਦ ਨਹੀਂ ਲੱਗੀ ਓ ਨਾ ਨਾ ਸਵਾਦ ਤਾਂ ਬਹੁਤ ਹੈ ਉਹ ਦਰਅਸਲ ਗੱਲ ਹੋਰ ਹੈ ਮੈਂ ਨਿੱਕਾ ਹੁੰਦਾ ਨਾ ਬੜਾ ਸ਼ਰਾਰਤੀ ਹੁੰਦਾ ਸੀ ਬੜਾ ਸਤਾਉਣਾ ਮੈਂ ਬੀਬੀ ਨੂੰ ਤੇ ਹੁਣ ਰੋਟੀ ਖਾਊਂਗਾ ਸ਼ੱਕਰ ਕੇ ਉਹਨਾਂ ਦੇ ਬੀਬੀ ਦੀ ਯਾਦ ਆਊਗੀ ਉਹਨੇ ਹਿਚਕੀਆਂ ਲੈਂਦੀ ਨੇ ਕਹਿਣਾ ਭੋਲਾ ਮੈਨੂੰ ਸੁਰਗਾਂ 'ਚ ਵੀ ਚੈਨ ਨਹੀਂ ਲੈਣ ਦਿੰਦਾ ਚੰਗਾ
पैसे दियो मैं बैंगल सेरेमनी ते जाके आना क्यों सेरेमनी वाले ने टिकट रखी डैडी मेरी सहेली दी सेरेमनी आ और जे शगन हुन पानी लगी है ना तो लगदे हथी कैटरिंग दी भी गल कर ली डैडी मेरी सहेली नु किदा कहदा कि कैटरिंग करा लो साडे तो एदा हाथ जोड़ के कह दी साडे तो कैटरिंग करा लो जी हा 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 वेरी फनी रहन दो तुसी मम्मा तुसी दो यार किन्ने चाहिदे ने 1100 तू शगन पाउणा है अपने डैडी नु दौरा पाउणा है मम्मी 1100 चाहंदे कि अजकल 100 दे 11 नोट आंदे है कट हुंदे चल दे दूंगा मैं नाले स्कूटर ते छड़े आऊंगा आंदा है बेसन भी चक ठीक है चल छेती आ जी पुत्र आ जा मेरा पुत्र चंगा फिर जिस हिसाब ना लड़ियां लुड़ियां ला रहे हैं ब्याह तो तकड़ा ही करेंगे फिर तू कर ली ओ गल केड़ी ओही डैडी मैं लैन आ जा चंगा फोन करूं मैं चल जाओ ओके बाय आ देखो जी एक तो एक चीज है आ कुड़ी दी मासी ले आ कुड़ी दी चाची ले अरली ओए किदा मिश्री तेरी वेट कर रहे सी आंटी सत श्रीकाल बेटा पुत्र मम्मी डैडी नु भी ले आंदी नहीं वो बिजी सी थोड़े ਲੱਗਦਾ ਹੈ ਤੇ ਟੱਬਰ ਬਾਰੇ ਪਤਾ ਨਹੀਂ ਆਂਟੀ ਨੂੰ ਤਾਂ ਹੀ ਸਤੀ ਜਾਂ ਮਿਸ਼ਰੀ ਆ ਸੂਟ ਦੇਖ ਕਿੱਦਾਂ ਹਾਂ ਘਰ ਗੁਰ ਬਾਣ ਨੂੰ ਠੀਕ ਆ ਮੈਂ ਤਾਂ ਵਿਆਹ ਲਈ ਦੇਖ ਰਹੀ ਹਾਂ ਅੱਛਾ ਵਿਆਹ ਨੂੰ ਹਾਂ ਫਿਰ ਤੂੰ ਬਜਾਜ ਕਲੋਥ ਹਾਊਸ ਵਾਲਿਆਂ ਨੂੰ ਬੁਲਾਉਣਾ ਸੀ ਨਹੀਂ ਨਿਰਮਲ ਅੰਕਲ ਤੋਂ ਲੈ ਲੈਂਦੇ ਆਪਾਂ ਇਹ ਨੇਹਾ ਪ੍ਰੀਤੀ ਰੇਨੂੰ ਸਾਰਿਆਂ ਦੇ ਵਿਆਹ ਦੇ ਉੱਥੋਂ ਹੀ ਆਏ ਸੀ ਇਹ ਤਾਂ 100 ਰੁਪਏ ਵਾਲੇ ਸੂਟ ਨੇ ਬੇਟੀ ਤੂੰ ਹਲੋ ਆਈ 100 ਵਾਲੇ ਸੂਟ ਕਰ ਰਿਹਾ ਤੂੰ ਥੈਂਕ ਗੋਡ ਤੁਸੀਂ ਤੋਂ ਆ ਗਈ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਕਿਸੇ ਹੋਰ ਨੂੰ ਬੁਲਾ ਲਓ ਤੇ ਮੈਂ ਕਦੋਂ ਨਾ ਕੀਤੀ ਸੀ ਪੁੱਤ ਹੁਣ ਬੁਲਾ ਲਓ ਆਂਟੀ ਜੀ ਮੈਂ ਕੱਲਾ ਕੱਲਾ ਸੂਟ ਦਿਖਾਤਾ ਸਾਰੇ ਤੁਸੀਂ ਸਿਲੈਕਟ ਕੀਤੇ ਐਂ ਕਿਉਂ ਕਰਦੇ ਹੋ ਨੀਟੇ ਪੁੱਤ ਤੇਰੇ ਤੋਂ ਸੂਟ ਫੇਰ ਕਦੀ ਦੇਖ ਲਾਂਗੇ ਮੇਰੀ ਗੁਰਲੀਨ ਨੂੰ ਪਸੰਦ ਨਹੀਂ ਆਏ ਚੱਲ ਕੋਈ ਨਹੀਂ ਆਂਟੀ ਚੱਲ ਵੀ ਕਰ ਲਾ ਇਕੱਠੇ ਚੱਲ ਚਲੀਏ ਆ ਜਾ ਇੱਕ ਮਿੰਟ ਇਹ ਗੁਲਾਬੀ ਵਾਲਾ ਦਿਖਾਓ ਆਹੋ ਆ ਗੁਲਾਬੀ ਵਾਲਾ ਆਹੀ ਤਾਂ ਤੁਹਾਨੂੰ ਮੈਂ ਕਹਿ ਰਹੀ ਸੀ ਹਾਂ कोई चक्कर नहीं बहुत दूर जाना हो गया जाना भी कले ने कुत्ते बहुत पैंदे पसी पिटाने च गल सुन नीटे तू गया नहीं हले अब पेमेंट लेनी सी मैं बापू ने बढ़ नहीं सी देना करे मेनू अच्छा तू बसी पटाने चल मिश्री नू ले जाएगा इदे सर्वेंट ने जाना होना ना और इस गोटर सर्वेंट ली थोड़ी लाई सजनवा बैरी हो गए हमार अरे चिटिया हो तो हर कोई बाजे भाग ना बाजे अरे दो बार कुत्ता दौड़ा के काट लिया है चार डॉक्टर कहिंदे पानी सेहत लई ठीक हुंदा आ ले फिर पंज दुध ते जा कट्ठे पर मैं दही नहीं जमन देना मल्ले दी कोई इज्जत आ हेलो थैंक यू मिश्री डांस बहुत सोहना कर दी है तू पता मैनू मिश्री ये शरारा बहुत जचदा है तेरे ते सोहनी लगदी है
मिश्री तेरे प्यो ने पैसे देने या थाने जाना है? यार 6 महीने हो गए मेनू फोन कर दे ना फोन चकता ना दुकान ते आउंदा जा यार मिश्री ऐसे कोई गल करनी सी हाँ हाँ गल्ला भी कर दिया राती के जरेले दा ऑर्डर आजो 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 छेदी छिलो थैंक यू फड़ाओ जी चलो मुड़ियो चलो चलो हाँ गोलू गोलू तू हर लड्डू बट वही यार मैं पहला महल्ले च दुध भगता वा पहला महल्ले दी गाजर तो भगता ला अच्छा बस आही काम रह गया सी तेरे प्यो दे नौकर है ना की पहला फोन रिचार्ज करा लो बाद च पैसे डीकी चलो मिश्री असी कोई गल करनी सी ओ मेनू पता तुसी नीटे दी गल करन आए हो ना यार आई सी मैं तो ना स्कूटर ते बैठ के एनी टेंशन कादी ले जाने हो तुसी हुन ता बेच के खा जूंगा किसे दिन यार मैं की कहना आपां ना एक व्हाट्सएप ग्रुप बनाउने आ सही गल है जे मिश्री नु कोई प्रॉब्लम आए तो सानू उत्थे व्हाट्सएप कर सकदी है नहीं आईडिया तो चलो तुहाडा ठीक है पर मैनूं लगदा नहीं मैनूं कोई प्रॉब्लम आऊगी नाले चमन दे मुंडे ने कोई दिन बंद कीती ना लड्डू मार के सिर पाड़ दूंगा मैं लड्डू ना सिर पाड़ जांदा इन वाले लड्डू नाल पाड़ जांदा चलो अपने जगराते दा बजट पेश करो आजो हां जी साहब का प्रधान जी फिर इजाजत है इजाजत ना भी दवा फिर बड़ा टूटन वाला सी इन्होंने कहता है सब तो पहला तो मैं व्यापार मंडल दे सारे पतवंते सज्जना दा धन्नवाद करांगा जिन्होंने मेरी काबिलियत नु पछाणदे होए मैनू दोबारा प्रधान बनाया ते काबिलियत नु तुसी पानी च समोसे तल लेंदे हो भैन जी आ काबिलियत हैगी इहदे च मैं मानदा लोकां ने भावे इहनू दोबारा प्रधान चुणिया पर एक दिन पछताउणगे मैं दसदा पछता तां हुण भी रहे ने लाहौर आले रोज फोन करके पुछदे है दशहरे ते रावण दी आवाज नहीं निकली की गल रावण गल कुट के मारता लो हो गए शुरू छेती छेती गल नबेड़ो मेरी अज कमेटी भी निकलनी हौसला रखो अजे तां इहदा जलूस निकलना जिवें कि तुहानू सारयां नू पता है कि महंगाई दिन पर दिन वधदी जा रही है इस करके मैं मोटा मोटा जा हिसाब लाया है कि जगराते ते ऐतकी 7 लाख रुपए का खर्चा आएगा ओए दस भी तो सही 7 लाख रुपया खर्चना किथे किथे आ हुण निक्की निक्की चीज का हिसाब दे मैं तैनू छोले पूरियां का प्रसाद बनाना है काले छोलियां का भाव पता है तैनू किन्ना हो गया की गल काले छोले 7 लाख रुपए तोला वेखदे ओ जे गड़बड़ करनी भी होवे ना तो पहला प्लान बनानी पैंदी है मैं सब कुछ दा जी प्लान बनाया होया देखो कड़ा प्रसाद छोले पूरियां नारियल बदाम अखरोट चुनिया ए सारा कुछ मिला के 1 लाख दा खर्चा आंदा है ते 1 लाख तो घट पंडाल की बनेगा दसो 1 लाख दा प्रसाद 1 लाख दा पंडाल बाकी 5 लाख कले पंडाल ते प्रसाद नाल हो जांदा है जगराता पेटा बाबू चमन लाल चंचल जी कहणगे के उषा नूरा जी गाऊंगे तू बड़ा जगराते च मास्टर सलीम सदन हाँ मास्टर सलीम ही आ रहा राती मैनू बधाइयां दा फोन आया उन्हां दा ते कहण लगे नेजा साहब बहुत खुशी हुई कि तुसी दोबारा प्रधान बन गए बस गल्लां गल्लां दे विच मैं जगराते दी भी गल करती ब्रावो जे सलीम आउंदा फिर तां 7 लाख दा बजट जायज ते जे मास्टर सलीम ना आया फिर प्रधान दी प्रधानगी गई लख रुपए दी गल कीती आ भैण जी पर हौली कीती ਮੈਨੂੰ ਲੱਗਦਾ ਪਿੱਛੇ ਕਿਸੇ ਨੂੰ ਸੁਣਿਆ ਨਹੀਂ ਥੋੜਾ ਇੱਕ ਵਾਰੀ ਉੱਚੀ ਕਿਹੋ ਦੁਬਾਰਾ ਜੇ 7 ਲੱਖ ਦੇ ਬਜਟ ਚ ਮਾਸਟਰ ਸਲੀਮ ਨਾ ਆਇਆ ਸਮਝੋ ਪ੍ਰਧਾਨ ਦੀ ਪ੍ਰਧਾਨਗੀ ਜੈਕਾਰਾ ਸ਼ੇਰਾਂ ਵਾਲੀ ਦਾ ਜੈ ਓ ਬ੍ਰਦਰ ਸਲੀਮ ਜੀ ਨੂੰ ਕਹੇ ਵਿਆਹ ਦਾ ਪ੍ਰੋਗਰਾਮ ਨਹੀਂ ਹੈ ਮਾਤਾ ਰਾਣੀ ਦੇ ਦਰਬਾਰ ਚ ਬਸ ਹਾਜ਼ਰੀ ਲਵਾਉਣੀ ਹੈ ਉਹਨਾਂ ਦੀ ਹਾਂ ਹੈਲੋ ਓ ਬ੍ਰਦਰ थैंक यू की हो डैडी बनी गल गल्लां ते हुण बनन गियां जदों सलीम नहीं आऊंगा क्यों हां 7 लाख तो घट मानने नहीं रहा अरे सेठ जी हो जाएगा अब वो काम करिए ना जो बहुत अच्छे से करते हैं कौन सा काम अरे पैरों में पड़ने वाला एक काम होर भी आंदा है मैनू चंगी तरह कौन सा सेठ जी भैया कुटन वाला तू अपना काम कर नहीं मार खाएगा मेथो उफ ਡੈਡੀ ਹੋ ਜੂ ਕੰਮ ਤੁਸੀਂ ਜਗਰਾਤੇ ਦੀ ਰਸੀਦ ਬੁੱਕ ਮੈਨੂੰ ਦਿਓ ਜਿੰਨੇ ਪੈਸੇ ਕੱਟਣਗੇ ਮੈਂ ਪੂਰੇ ਕਰਾਉਂ ਓ ਮਿਸ਼ਰੀ
आले फड़ो आना जरूर हाँ जय माता दी 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 थैंक यू जी जय माता दी जय माता दी आने हाँ हाँ जरूर आवांगे जय माता दी जय माता जय माता दी सेब की पाला है भाई 100 रुपये की गल शकना दे 100 रुपये कच्चे पहले तो चक्की फिर दो अनार की पान है मैं नहीं दसता तुम मारोगे नमस्ते भरा जी उषा भैन जी नमस्कार नमस्कार तुहाडे वाल ही चली सी चंगा होया तुसी राह च मिल गए हाँ जी हाँ जी दसो ओ नीटे दे रिश्ते दी गल कीती सी ना मैं एन आर आई ओ कल आ रहे ने फकीर चंद हुणां दे भोग ते सच्ची हाँ कल ना तुसी नीटे नू लै के उत्थे ही आ जाओ भोग तों बाद मुंडे कुड़ी नू झाती मरवा दिंदे उत्थे ही भोग ते देख दिखाई कहते हैं आत्मा परमात्मा का रूप होती डैडी डैडी मैं कहना एक बारी फिर सोच लो चुप करके कथा सुनो मृत्यु के बाद हमारी आत्मा 5 तत्वों में उषा जी कितने हो जाती है डैडी अपन नु है के देखी जांदे हैं सारे यार चमनलाल सच दे कोई छोटी मोटी फर्म आत्मा कितना दी गल्ला करदा तू पहली बार आया लगदा भरा जी नश्वर है अब भैन जी बहुत बहुत अफसोस होया ओ तुसी अफसोस ता मेनू तुहाडे नाल देख के होया ਐ ਕੀ ਫੈਂਸੀ ਡਰੈਸ ਪਾ ਕੇ ਆ ਗਏ ਇੱਧਰ ਆਓ ਚਾਹ ਪਾਣੀ ਵਾਲੇ ਪਾਸੇ ਤੁਹਾਡੇ ਵੱਲ ਦੇਖ ਕੇ ਕਿਤੇ ਭੋਗਦੇ ਬੈਠੇ ਲੋਕਾਂ ਦਾ ਹਾਸਾ ਨਾ ਨਿਕਲ ਜਾਵੇ ਉਸ਼ਾ ਭੈਣ ਜੀ ਮੰਨਿਆ ਬੁੜੇ ਦਾ ਭੋਗ ਆ ਪਰ ਅਸੀਂ ਆਏ ਤਾਂ ਇੱਥੇ ਵਿਆਹ ਦੀ ਗੱਲ ਕਰਨਾ ਨਾ ਐਨ ਆਰ ਆਈ ਆ ਗਏ ਐਨ ਆਰ ਆਈ ਤੇ ਲੋਕੀ ਤੁਹਾਨੂੰ ਸਮਝੇ ਜਾਂਦੇ ਐ ਕੀ ਜਲੂਸ ਕੱਢਿਆ ਦੋਵਾਂ ਜਾਣੇ ਨੇ ਤੁਰ ਪਏ ਨੇ ਏਅਰਪੋਰਟ ਤੋਂ ਪਹੁੰਚਣ ਵਾਲੇ ਨੇ ਕੁਛ ਖਾ ਪੀ ਲਓ ਉਹਨਾਂ ਚਿਰ ਤੁਸੀਂ ਕਿਹੜਾ ਘਰੋਂ ਕੁਛ ਖਾ ਕੇ ਆਏ ਹੋਣੇ ਸਾਨੂੰ ਤਾਂ ਰਾਤ ਦਾ ਹੀ ਭੋਗ ਦਾ ਚਾਅ ਚੜਿਆ ਪਿਆ सबको ये जगत छोड़ के जाना है जग ये मेला छोड़ के एक दिन सबको पकौड़े बड़े स्वाद है भाई अन्य जपरा दीदी कैटरिंग है मैं करा के देती हूं स्वाद स्वाद देख दे की हो ऐसे जे मौके ते कहना ही पैंदा हुंदा भी स्वाद आवे ने जदों नाम लेता चंगे भले डफर है गल्या नहीं चढ़ रही नहीं तुसी भाई कदरे ओ भैया आप क्या लेकर आए थे मिश्री अच्छा तू नहीं वेख्या कोई मुंडा अपने मेरे वास्ते डैडी लब देंगे हो भोलिए जे अपने डैडी दे भरोसे बैठी रही ना सारी जिंदगी मरगां दे पकौड़े ही तलदी रहेंगी हो गया जरा डैडी दा फोन लगदा कुड़ी वाले आ गए वधाइयां जा बज जा फिर कुड़ी किसे होर नु ना पसंद कर ले ऑल द बेस्ट एहो जे मौके ना दोस्ती दोस्त दे काम आउंदा मिश्री नाले एथे तां फिर तू मेरी दोस्त है ओ हेलो आपां दोस्त कद तों हो गए ओदन जिद्दन मैं तैनूं लिफ्ट दित्ती सी अपने स्कूटर ते फिर मैं किसे खास नहीं अपने स्कूटर दे पीछे बिठाना है मिश्री अच्छा खास दोस्त फिर तो वो करिया बिहारी खास दोस्त है काहे के सब वही स्कूटर के पीछे बैठा था और तू आपने पकौड़े ताला चप करके अच्छा दोस्त ना सही तू तो किसे दुश्मन नु भी माड़ी सलाह ना दवे कदे एक बारी चल के कुड़ी देख ला मेनू सलाह ही दे दे भाई कुड़ी मेरे नाल जसदी भी है के नहीं नहीं उस हिसाब नाल तो मेनू लगदा मेनू कुड़ी वाले नु सलाह देनी चाहिदी है मिश्री सारी गल मैं तेरे ते छड्डी हुण तां भाजी जल्दी कार बिहार नबेड़न दी करो बंदे दा कोई भरोसा सॉरी आ तुहाडे सामने देख लग्गिया लो नीटा भी आ गया बड़ा होनहार बच्चा है बेटा आशीर्वाद लै गॉड ब्लेस यू गॉड ब्लेस यू
ਰੰਗ ਨਫਾਸਤ ਉਹਦੇ ਬੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ ਹੋ ਫੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ ਮਹਿਕ ਰੰਗ ਨਫਾਸਤ ਉਹਦੇ ਬੁੱਲਾਂ ਦੀ ऐसी कर दिंदी ओ फुलां दी ओ जिन्नी ओ दी आकड़ ते मगरूरी है समझ नहीं आउंदी साडी की मजबूरी है समझ नहीं आती साड़ी की मजबूरी है कोई परवाह नहीं जग दियां गल्लां गुल्लां दी ऐसी तैसी कर दिंदी ओ फुल्लां दी ओ फुल्लां दी ऐसी तैसी कर दिंदी दुकान दुकान छड़ है कली दुकान दा की है दुकान ने केड़ा जवान होके गीत गाने गीत तो वैसी गा रही है डैडी मैं हैप्पीनेस खुशी कादियां खुशियां चढ़िया हुई है मेरी तीनों जनरली डैडी जनरली रीजन नहीं है कोई तू किसे आम हलवाई दीती नहीं है तू प्रधान सतपाल अनेजा दीती है सतपाल अनेजा दी अपना लेवल देख जे फिर भी तू दुश्मना नाल सांझ रखी मैं तेरे नाल बोलूंगा नहीं कटिया डैडी इधर तो नहीं है कुछ सच्ची सुन लिया खड़ूस की कह रहा सी मेरे वालों भी जमा आही कोशा बिल्कुल सेम टू सेम बस बिचों प्रधान वाली लाइन कट के हाँ नाले एक गल होर घरों भजन भजाउण बारे तो सोची भी ना मेरे दिमाग से आइडिया आया ही नहीं भैन जी जे तुसी ये रिश्ता पक्का करा दो मैं तुहाडा देना सारी जिंदगी नहीं भुलांगा मेरे देने दी छड्डो भरा जी मुंडे वाले नूं देन लैन बारे सोचो 20 लाख दी गल होई सी मैं औखे सौखे कर दांगा अब 20 नहीं हुण ओह 30 सोचदे ने 30 लाख अपनी किरना लई मन गए ने भरा जी मुंडा बहुत वधिया इसलिए मैं उन्हां नूं ना नहीं कीती सोचा एक वारी तुहाडे नाल गल कर लवां ठीक है भैन जी मैं ब्यास ते लैके कर दांगा तुसी गल पक्की करो बस इन्ने च तो मन ही पैने भरा जी तुसी कढ़ाओ तरीक मैं करती हाँ उन्हां नूं फोन पापा मेरे करके तुहानूं लोकां दी मिन्नतां करनियां पैंदियां ने ਮੈਨੂੰ ਚੰਗਾ ਨਹੀਂ ਲੱਗਦਾ ਉਹ ਚਲੀਏ ਧੀਆਂ ਤਾਂ ਤੋੜਨੀਆਂ ਪੈਂਦੀਆਂ ਨੇ ਆ ਲੈਣ ਦੇਣ ਦੇ ਰਿਵਾਜ ਲੋਕਾਂ ਨੇ ਬਣਾਏ ਹੋਏ ਨੇ ਪੂਰੇ ਕਰਨੇ ਪੈਂਦੇ ਪੁੱਤਰ ਦਰਬਾਰ ਵਿੱਚ
अपनी हाजरी लगवान आ रहे हैं साढ़े इलाके दे एमएलए नरूला साहब आप नाल ते लाख रुपया लाया मैं माता दी अब मूर्तियां सहारनपुर तो मंगवाई है स्पेशल इधर भी बोलो जय माता दी तेनु आज माता ने बचा लिया जग जगह तरण हुंदा मैं तेन गंदियां गंदियां गालां करनियां अज पता लग्या गालां चंगियां भी हुंदियां मैं उदां तां ठीक नहीं होया तेरे करके मैं सिलेंडरां ते लग्या ए तां तुसी पुन कीते सीगे जेडे सिलेंडरां ते लग गए हो नहीं ए तां बंदे नूं टकाने ला के हटदा है जय माता दी चलो जय माता दी चलो माता दी जय माता दी जय माता दी जय माता दी जय माता दी सारे बोलो जय माता दी सारे अरदास कर रहे ने माता रानी दा आशीर्वाद ले रहे ने 5100 रुपये साडे एमएलए सतिंदर नरुला जी वालों 5100 रुपया अनेजा जी वालों माता रानी इना दी हर मनोकामना पूर्ण करे 1100 रुपया कमेटी दी नेक कमाई विचों उषा कॉस्मेटिक वालों ते 11 रुपये गुप्त दान चमन भरा जी 11 रुपया का गुप्त दान ते तुहाडे वल्लों ही आया लगदा नहीं मेरा नाम तो हजे अगे आना 21 रुपये चमन सचदेवा लीटा सचदेवा संतोष सचदेवा एंड फैमिली एंड फैमिली कानू लिखाना सी चमन जी एंड खानदान लिखवांदे 21 रुपये च सारी डेयरी भरवाती अगले दिन ना लिखा के 7 लाख लिया बिचो दो डेयरिया नहीं ले सकते बोल साचे दरबार की हुण मैं जिन्हां नूं सदा दे रहा इस माता रानी दे विशाल जागरण विच ओने मास्टर सलीम जयकारा खेड़ा वाली दा ओ साचे दरबार की जय मास्टर सलीम जी आ गए सलीम साहब आ गए मैं अज अपनी पेटा दे नाल तानू सारयां नू सरोबार करांगा मैं भी मां दे नाम दा मजा लवांगा ते तुसी भी लेओ अच्छा जयकारा शेरां वाली दा बोल साजे दरबार की जय दरबार की जय माके प्यार की जय दरबार की जय माके प्यार की जय दरबार की जय माके प्यार की अनेजा साहब पैसा किसे काम नहीं होना माया जेडी ओ मनमोहनी हुंदी है ए सिर्फ दुनिया दे कम्मा करन लई जरूरी है साडे एमएलए साहब नरुला साहब तुसी भी बोलो जय माता ये सिलेंडर हटावे महामई इन्हां दे कोलों ना हुण तेरा सलीम 5 लाख दे विच जकारा ही लाऊगा कि कोई भेट भी सुनाऊगा खड़ जा हुणे सुनाऊगा इन्ना काला ना पिया कर जय जय हुण ता चीफ गेस्ट दा ओ दूसरा सिलेंडर भी मुक्कण वाला है ਤੁਸੀਂ ਸਲੀਮ ਜੀ ਨੂੰ ਕਹੋ ਕੋਈ ਭੇਟ ਭੂਟ ਸੁਣਾਓ ਜਨਾਬ ਤੁਸੀਂ ਪੈਸੇ ਗਿਣਵਾਉਣੇ ਸ਼ੁਰੂ ਕਰੋ ਮੈਂ ਸਲੀਮ ਜੀ ਤੋਂ ਭੇਟਾ ਸ਼ੁਰੂ ਕਰਾਨਾ ਪੈਸੇ ਤਾਂ ਕਿਹੜੇ ਪਏ ਤੁਸੀਂ ਸਮਝੋ ਪੇਮੈਂਟ ਪਹੁੰਚ ਗਈ ਮਹਾਰਾਜ ਤੁਸੀਂ ਵੀ ਸਮਝੋ ਸਲੀਮ ਜੀ ਨੇ ਗਾਤਾ ਬੋਲ ਸਾਚੇ ਦਰਬਾਰ ਕੀ ਜੈ जागरण दी पेमेंट दा ता मिश्री नू पता है मिश्री मिश्री बेटा मेरे पैसे इत्थे भी नहीं है जगराते विच भी नहीं दिखी किते मिश्री किथे गई फिर ਆਪਾਂ ਕੋਈ ਗਲਤੀ ਤਾਂ ਨਹੀਂ ਕੀਤੀ ਮਾਤਾ ਰਾਣੀ ਦੇ ਪੈਸੇ ਚੁੱਕ ਕੇ ਘਰੋਂ ਭੱਜ ਕੇ ਆਪਣੇ ਕੋਲੇ ਕੋਈ ਹੋਰ ਚਾਰਾ ਵੀ ਨਹੀਂ ਸੀ ਨਾ ਮਿਸ਼ਰੀ ਆ ਜਾ ਇੱਕ ਔਰ ਸਖਤ ਕਦਮ ਉਠਾਉਣਾ ਜ਼ਰੂਰੀ ਹੋ ਗਿਆ ਹੈ ਅੱਜ ਹੈਲੋ ਸਰ ਜੀ ਸਰ
मध्य रात होटल जी कमरा है जी। यानी आपकी सेवा के लिए बैठे, बताइए कितने कमरे चाहिए? एक का। 2016 कितने दिन के लिए चाहिए? 2 दे दो जी, 5 दिन वाले। आप ये फॉर्म भर दीजिए प्लीज, और एक अपना आईडी दे दीजिए मुझे। हाँ जी। 500 रुपए सर, 23,250 रुपए बन गए। करेंसी नोट लीगल टेंडर नहीं रहेंगे, यानी ये मुद्राएं कितने पैसे कैसे पैसे? 23,250 500 और 1,000 रुपए के करेंसी नोट लेन देन की व्यवस्था आज रात्रि को 12 बजे से उपलब्ध नहीं होगी। 500 रुपए 1,000 रुपए के पुराने नोट अब केवल कागज के। ऐसे नागरिक जो संपत्ति, देखो भाई साहब, अगर आपके पास 100 या 50 के हैं तो दे दो, 1,000 और 500 के नोट अब मैं नहीं लूंगा। मिश्री देखी किन्ने ने अपने को 100 पंजा दे, जल्दी देखना की करी। 150 सर मैंने देखा भी टीवी पे, साढ़े को 150 रुपया पाजी। जय माता दी, 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 जय माता दी। माता ने कड़ा 100-100 दे नोट दे देने हैं, चल चलिए। हाँ कल प्रीत बहुत बड़ा ऑर्डर देना, मैं घर जाने नहीं कह रहा, चल कितने और चलिए। पर जावांगे कितने? सूरजा सूरजा फटी सुबह, नई सुबाणी गंगा जा के पिनिया लिया, एक पिन्नी फुट गई मेरी फटी सुक गई। वधिया जी कलम बनाई पोले, वो बस बन गई बन गई। तेले कुछ वधिया लिखूंगा। की लिखेगा ओए? तेनु पता तो है मैं जो भी लिखदा चंगा ही लिखदा। या तू फड़ा ओए दुई ले। ओ दुई ले, चाबी ओही लिख दे फिर। ओ लिख दे लिख दे। की लिखदा? ए आ ले लिखता। ओ मैनू उड़े तो इल नहीं आंदा, मैनू की पता की लिखया। ए लिखया पोला शिंदी। चोपड़िया रोटिया खवाइया शक्कर ना। फिर चोपड़ी रोटी ओ भी क्यों शक्कर नाल, कदी साडी बेबे ने साडे पापे नू नहीं खवाई। ओ एवें ना बोली जाओ यार बेवजह। उच्चे डाना रारा सिर दियां हुंदियां ऐवे गल्ला बनाई जांदे हो तुसी यार, वो पता किन्नी चंगी है बेचारी। ओ मटे दे इनू यार भरा। चल कोई ना करदा कुछ। गंगा जाके पिनिया लिया, एक पिनी फुट गई मेरी फटी सुक गई। तू मैं अधूरे हुन्ने आ पूरे एक दूजे दे। सवेरे शामी पाला हो जांदा अजकल, आ स्वेटर बुनिया पिया सी तू ले जा। ओ ना ना मेरी भाभी बुनी जांदी बड़ा सोना। भाभी तेरी ने बुनती ज्यादा ही बरीक पाली लगती है मोदी मारी ने, जिन्ना चिर ओ नहीं पूरा हुंदा ओना चिर आ पाले। ठीक है ले जा। अच्छा तो ठीक है कोई ना। रंग सानू यो कायनात नहारे होइए राजा रानी जिवें देश दे, मिलदे जदों आ तू ते मैं अंबर में होके सानू वेख दे। फिर गाह तो ना इदा करो जी, मैनू फिर चंगा जहा नहीं लगता। ठीक है अंबर ने होके सानू वेख दे। चंगा बापू मैं चलिया। ठीक है पुत। चंगा। ह
शाबाशे पोला ता जचया फिरदा जे पूरा एवें बस माड़ा है यार ओ कालिया अपना पोला घट है किसी धी पुत नालों अगले ने भी स्वेटर पा लिया घुग्गिया दे जोड़े वाला कि नहीं ओ बंदे दे पुत बने चलो स्कूल नूं देर हुंदी आ ओ नाले घुग्गिया नहीं आ तोते आ तोते नहीं तोता मैं ना इक्को ही गल है एवें इक्को गल है तैनूं पता है स्वेटर है कि कित्थों ओ इहनूं इहनूं क्यों शक्कर वाली ने दित्ता है ओए रजाबंदी दा पुछ लै मशकरियां ना करदे रहा करो मेरे नाल चलो चलो आजा पोले बह जा कोई है नहीं करे मामा जी तहसील गए ने मामी गवांढ गई है ते बीरा वीर शायद खेत गया की गल कोई काम सी ना ना काम ते जानी काम हैगा भैया कोई नहीं आजा बह जा आवेक आवेक मैं ना चिबड़ा दी चटनी कुट रही हूं रोटी खानी है रोटी दी ओ गल करनी सी ओ मैं कहंदा सीगा रोटी कहां तो अपने घरे ही खा लिया करिए ना हूं तो मेरी भाभी रिश्ते लभदी रही मेरी खातर पर उन्हें आपका दौर पता नहीं केड़ा धरविंदर लगता कोई कुड़ी नग थली नहीं आती पर जे तू कहे तो मैं कह दा कि मैं छिंदी हो ठीक है खर जा तेरी कुत्ते दी तैनूं मैं दसदा तू चुप करके लैणगे आ सवट तोड़ दे लई बुड़िया सी ना जिहदे नाल तेरा रिश्ता टुट्टिया सी ओए आ सिर खे पवाउण लई तैनूं असीं इत्थे लै के आए आ ना वीरे भाई का तू माड़ा चंगा बोलदा बेचारी नूं तैनूं तां मैं दिना मत मीस रहा चल मेरे नाल इत्थों ना वीरे सरपंच साहब कोई भोला भूला नहीं इन्हें साडी अखां ते पर्दा पाया होया सरपंच साहब जे तुसीं इस कमले जदी भली चाहुंदे हो ना ते इहनूं हुणे ठाणी दे के आओ नहीं तां इहनूं कुट कुट के इत्थे मार देना मैं ਐਵੇਂ ਕੀ ਮੈਂ ਮਾਰ ਦੇਣਾ ਤੂੰ ਹੈ ਆਪਣੀ ਕੁੜੀ ਨੂੰ ਸਮਝਾਓ ਆਹੋ ਸਾਨੂੰ ਸਭ ਪਤਾ ਹੈ ਇਹਦਾ ਰਿਸ਼ਤਾ ਟੁੱਟ ਗਿਆ ਸੀ ਇਸੇ ਲਈ ਬਦਨਾਮੀ ਤੋਂ ਡਰਦੇ ਤੁਸੀਂ ਨਾਨਕੇ ਲਈ ਬੈਠੇ ਹੋ ਪਰ ਜੇ ਤੁਸੀਂ ਆਪਸ ਵਿੱਚ ਹੀ ਬਦਕਲਾਮੀ ਕਰੀ ਜਾਣੀ ਹੈ ਫਿਰ ਸਾਨੂੰ ਕਾਹਨੂੰ ਵਿੱਚ ਪਾਉਣਾ ਸੀ ਸਰਪੰਚ ਸਾਹਿਬ ਇਨਸਾਫ ਤਾਂ ਤੁਸੀਂ ਕਰਨਾ ਇਹਨੂੰ ਭੋਲੇ ਨੂੰ ਪਿੰਡੋਂ ਕੱਢ ਦਿਓ ਬਸ ਮੈਂ ਹੋਰ ਕੁਝ ਨਹੀਂ ਮੰਗਦਾ ਅਸੀਂ ਤਾਂ ਇਹਨੂੰ ਸਾਊ ਜਿਹਾ ਸਮਝ ਕੇ ਘਰ ਵਾੜਿਆ ਸੀ ਤੇ ਮੇਰੀ ਹੀ ਭਾਂਜੀ ਨੂੰ ਵਰਗਲਾਉਣ ਲੱਗਿਆ ਸੀ ਕੋਈ ਵਰਗਲਾਉਣ ਨਹੀਂ ਲੱਗਿਆ ਸੀ ਇਹ ਵਿਚਾਰਾ ਮੈਂ ਤਾਂ ਭੋਲੇ ਨੂੰ ਹੁਣ ਮਿਲੀ ਹਾਂ ਤੁਹਾਡੇ ਸਾਰਿਆਂ 'ਚ ਤਾਂ ਜੰਮਿਆ ਪਲਿਆ ਹੈ ਤੁਸੀਂ ਦੱਸੋ ਕਿੰਨਾ ਕੁ ਦਿਲ ਦਾ ਕਾਲਾ ਹੈ ਚੁੱਪ ਕਰ ਪੁੱਤ ਨਾ ਭਾਈ ਰਿਸ਼ਤਾ ਟੁੱਟਿਆ ਤਾਂ ਤੁਹਾਨੂੰ ਪਤਾ ਲੱਗ ਗਿਆ ਪਰ ਜਿੱਥੇ ਰਿਸ਼ਤਾ ਹੋਇਆ ਸੀ ਉਹ ਬੰਦਾ ਸ਼ਰਾਬੀ ਪੋਸਤੀ ਸੀ ਇਹ ਨਹੀਂ ਪਤਾ ਲੱਗਿਆ ਤੁਹਾਨੂੰ ਇੱਕ ਤਾਂ ਵਿਚਾਰੀ ਦੀ ਮਾਂ ਹੈ ਨਹੀਂ ਤਾਂ ਲੇਖ ਕਾਲੇ ਦੱਸੋ ਇਹ 'ਚ ਕੀ ਕਸੂਰ ਹੈ ਭਲਾ ਇਹਦਾ ਸਰਪੰਚ ਸਾਹਿਬ ਮੇਰੀ ਮੰਨੋ ਕੁੜੀ ਦੇ ਵਿਆਹ ਵੱਲੋਂ ਇਹ ਵੀ ਔਖੀ ਨੇ ਤੇ ਇਸ ਗਰੀਬ ਸਿਧਰੇ ਨੂੰ ਵੀ ਕਿੰਨੇ ਕੁੜੀ ਦੇਣੀ ਹੈ ਦੇਖੋ ਮੈਂ ਤਾਂ ਕਹਿਣਾ ਜੇ ਦੋਨਾਂ ਦਾ ਵਿਆਹ ਹੋ ਜਾਏ ਤਾਂ ਫਿਰ ਕੀ ਹਰਜ ਹੈ ਸਰਪੰਚ ਸਾਹਿਬ ਗੱਲ ਤਾਂ ਮਾਸਟਰ ਦੀ ਠੀਕ ਹੈ ਗੱਲ ਤਾਂ ਮੈਨੂੰ ਵੀ ਠੀਕ ਲੱਗਦੀ ਹੈ ਬਾਕੀ ਬੰਸਿਓ ਨੂੰ ਪੁੱਛ ਲੈਂਦੇ ਹਾਂ ਹਾਂ ਬੰਸਿਆ ਤੂੰ ਕੀ ਕਹਿੰਦਾ ਇਹ ਕਿਵੇਂ ਹੋਜੂ ਸਰਪੰਚ ਸਾਹਿਬ ਘਰੋਂ ਇਹ ਕੱਢਿਆ ਹੋਇਆ ਸਿਰ ਲਕਾਉਣ ਨੂੰ ਛੱਤ ਨਹੀਂ ਇਹਦੇ ਕੋਲ ਕੱਚਾ ਕੋਠਾ ਵੀ ਹੋਵੇ ਤਾਂ ਵੀ ਮੈਂ ਮੰਨਾਂ ਤੇ ਕੋਠੇ ਦਾ ਕੀ ਆ ਮੈਂ ਪਾ ਲੂੰਗਾ ਕੋਠਾ ਨਾ ਕੋਠਾ ਤੂੰ ਕੁੱਪ ਤੇ ਪਾ ਲੇਗਾ ਓਏ ਗਿੱਟ ਥਾਣੀ ਤੇਰੇ ਕੋਲ ਓਏ ਉਹਦਾ ਹੱਲ ਵੀ ਹੈਗਾ ਬਈ ਮੈਂ ਸੋਚਦਾ ਪੰਚਾਂ ਨਾਲ ਸਲਾਹ ਕਰਕੇ ਦੋ ਮਰਲੇ ਪੰਚਾਇਤੀ ਜ਼ਮੀਨ ਭੋਲੇ ਨੂੰ ਛੱਡ ਦਿੰਦੇ ਆ ਗੱਲ ਤਾਂ ਠੀਕ ਹੈ ਭੋਲਿਆ ਕੋਠਾ ਛੱਤਣ ਵਾਸਤੇ ਪੈਸੇ ਤੈਨੂੰ ਕਮਾ ਕੇ ਲਿਆਉਣੇ ਪੈਣਗੇ ਬੰਸ ਸਿੰਘ ਨੇ ਅਕਸਰ ਨੂੰ ਕੁੜੀ ਦੇਣੀ ਹੈ ਹੁਣ ਦੱਸ ਕਮਾ ਲਏਗਾ ਪੈਸੇ ਕਿੰਨੇ ਕੁ ਪਊਗਾ ਕੋਠਾ 1000 ਰੁਪਏ ਤੋਂ ਘੱਟ ਕੋਠਾ ਨਹੀਂ ਪੈਣਾ ਪੁੱਛੋ ਕਮਾ ਲੂਗਾ ਕਮਾ ਲੂੰਗਾ ਮੈਂ ਚੰਗਾ ਠੀਕ ਹੈ ਦੇਖ ਭੋਲਿਆ ਹੁਣ 1000 ਰੁਪਇਆ ਕਮਾ ਕੇ ਲਿਆਵੇਂਗਾ ਤਾਂ ਪੰਚਾਇਤ ਤੇਰੇ ਨਾਲ ਖੜੀ ਹੈ
ਭੋਲੇ ਯਾਰ ਸ਼ਹਿਰ ਚਲੇ ਆ ਪੈਸੇ ਲੈ ਜਾ ਉਹ ਯਾਰ ਮੈਨੂੰ ਨਹੀਂ ਲੋੜ ਮੈਂ ਕਮਾ ਲੈਣੇ ਆਪੇ ਤੇ ਪੈਸੇ ਕਿਤੇ ਮਿੱਟੀ ਜੋ ਕਮਾ ਲਿਆਏਗਾ ਥੋੜੇ ਬਹੁਤੇ ਨਾਲ ਰੱਖੀ ਜਾਂਦੇ ਆ ਜਦ ਕਮਾ ਲਿਆਏਗਾ ਤਾਂ ਮੋੜ ਦੀ ਉਹ ਨਹੀਂ ਕੋਈ ਚੱਕਰ ਉਹ ਲੈ ਲੈ ਯਾਰ ਵੀਰ ਬਣ ਕੇ ਅਸੀਂ ਬੁਗਨੀਆਂ ਤੋੜ ਕੇ ਲੈ ਕੇ ਆਏ ਆ ਵੈਸੇ ਯਾਰ 1000 ਰੁਪਇਆ ਹੁੰਦਾ ਕਿੰਨਾ ਗਾ ਪਤਾ ਨਹੀਂ ਯਾਰ ਸਾਨੂੰ ਤਾਂ ਗਿਣਤੀ ਵੀ ਸੌ ਤੱਕ ਆਉਂਦੀ ਹੈ हाँ बोलो बेटा अंकल जी धर्मशाला रहने जगह चाहिए थी हाँ मिल सकती है बेड है हमारे पास हॉल में उसका किराया है 25 रुपए और अगर कमरा चाहिए तो 350 रुपए तो अंकल एक कमरा ठीक है बेटा आप यहाँ पर एंट्री कर दो ये आकाशवाणी शिमला है अब आप सुलक्षणा ब्रामटा से समाचार सुनिए नमस्कार आज प्रधानमंत्री कितना क्या अंकल जी किराया बेटा 350 350 यहाँ अंकल जी अरे बेटा 1000 का नोट इस समय आप खुले दो ना मेरे को अंकल जी 2-3 दिन रहना सी कर लेंगे बाद अच्छा फिर ठीक है हाँ जी शाम वो ऊपर का कमरा खोलो 9 नंबर हाँ हाँ अभी आ रहे हैं हाँ बेटा 9 नंबर रुकिए 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 ये माता का प्रसाद लेके जाओ आ भी लो बेटा जय माता दी ऊपर दस है जी कमरा हाँ ऊपर वो लड़का मिलेगा ठीक है जी क्या हुआ लड्डू देख के डैडी दी याद आ गई मिश्री देख याद तो आओगी फोन भी होंगे पर अपा किसी गल नहीं करनी किसी फोन भी नहीं करना ठीक है नहीं कर दी तू भी ना करी नहीं नहीं पागल है मैं क्यों करूंगा प्रॉमिस हाँ हाँ पक्का प्रॉमिस आ जा मैं वॉशरूम जाके आई गवर्नमेंट ने न्यूज चैनल लाके देखो तेरे भजन का झटका घट है जेड़ा होर दे रही है झटका प्यो न नमस्ते डैडी की हाल जी जे तू मेरे सामने हुंदा ना हाल ता तेरा लोका ने पुछना सी आके जेड़े जगराते दे पैसे लेके भज्जे हो ना पहला ओ बदल अज नोटबंदी होगी डैडी टाइम वेस्ट ना करो जेड़ा भी लेन देन करना अज रात नु कर लो कल नु सारे नवे नोट मंगने ने सारे नोट ता तू ले गई है पुत मैं की चेंज करावा पान हैं हेलो कट भी दिता मैं भी यही कहने फोन करता सी डैडी जे घरे थोड़े बहुत नोट पाए ने वो बदलवा लो नोट तो मैं आपे बदल लूं पर तेरे अर की घटिया लात कितों बदलूं किन्नू फोन किया सी तू मैं किसी ने भी नहीं किया झूठ ना बोल अपने घरे फोन करके हटिया ना तू हाँ वो नोट बंद हो गए ना डैडी दसना जरूरी सी उस बारे तू तो कैसे आप घरे कॉल नहीं करनी पर हुन साडे घरे थोड़ी तरह लड्डू जलेबियां थोड़ी पाए ने डैडी दी कमाई पई है दसना जरूरी सी ओए हेलो तैनु की लगदा साडे घरे गल्ले लड्डू जलेबी पाए हुंदे ने मेरे भी डैडी दी कमाई पई हुंदी है आ देख कॉल करके हटिया मैं तू करे फोन कीता हां तू तां प्रॉमिस करदी सी कहनी मैं फोन नहीं करूंगी तू भी तां कीता ही है पहला तू कीता मेरी गल कॉपी करन दी लोड़ नहीं है वड्डा आया किड्डी झूठी है तू समझ नहीं आउंदी
ਆਪਾਂ ਪਰਚੀਆਂ ਜਾਗਰਨ ਦੀਆਂ ਕਟਾਈਆਂ ਸੀ ਜਾਂ ਉਹਨਾਂ ਦੇ ਹਨੀਮੂਨ ਦੀਆਂ। ਵੈਸੇ ਗੋਲੂ ਦੁਨੀਆ ਦਾ ਪਹਿਲਾ ਆਸ਼ਕ ਹੋਏਗਾ ਜਿਹਨੇ ਹੱਥੀ ਚੰਦਾ ਇਕੱਠਾ ਕਰਕੇ ਆਪਦੀ ਮਸ਼ੂਕ ਕਿਸੇ ਹੋਰ ਨਾਲ ਭਜਾਤੀ। ਮਿਸ਼ਰੀ ਦਾ ਸਟੇਟਸ ਚੈੱਕ ਕਰ ਲਓ, ਸਿੰਗਲ ਹੀ ਆ ਨਾ, ਕਿਤੇ ਮੈਰਿਟ ਤਾਂ ਨਹੀਂ ਪਾਤਾ। ਸਟੇਟਸ ਪਾਉਣ ਨੂੰ ਕੀ ਰਹਿ ਗਿਆ ਜਦੋਂ ਅਗਲੀ ਅੱਖਾਂ 'ਚ ਘੱਟਾ ਹੀ ਪਾ ਗਈ। ਮੇਰੀ ਮਿਸ਼ਰੀ ਏਦਾਂ ਨਹੀਂ ਕਰ ਸਕਦੀ, ਜ਼ਰੂਰ ਉਸ ਨੀਟੇ ਨੇ ਮਿਸ਼ਰੀ 'ਤੇ ਕੋਈ ਕਾਲਾ ਜਾਦੂ ਕੀਤਾ। ਦੁਕਾਨ 'ਤੇ ਬਹੁਣੀ ਤਾਂ ਉੱਤੋਂ ਹੁੰਦੀ ਨਹੀਂ, ਕਾਲਾ ਜਾਦੂ ਸਵਾਹ ਕਰਨਾ ਉਹਨੇ, ਆਪੇ ਬਚ ਗਈ। ਮਿਸ਼ਰੀ ਨੇ ਭੱਜਣ ਲੱਗੇ ਮੇਰੇ ਬਾਰੇ ਇੱਕ ਵਾਰੀ ਵੀ ਨਹੀਂ ਸੋਚਿਆ। ਤੇਰੇ ਬਾਰੇ ਸੋਚਿਆ ਤਾਂ ਹੋਣਾ ਉਹਨੇ, ਤਾਂ ਹੀ ਤਾਂ ਨੀਟੇ ਨਾਲ ਭੱਜ ਗਈ ਆ। ਹੁਣ ਮਿਸ਼ਰੀ ਮਿਸ਼ਰੀ ਨਹੀਂ, ਕਾਲੇ ਲੂਣ ਦੀ ਡਲੀ ਲੱਗਦੀ ਆ। समझ गया, चमन के बेटा को मर्डर करना है ना। मैं तो जुतिया ना खाली वड्या बदमाशा, और तू प्लाट खरीदन वास्ते पैसे मांगदा सी ना। हाँ। ਹੁਣ ਬਸ਼ੱਕ ਤੂੰ ਸਾਰੇ ਜ਼ਿਲ੍ਹੇ ਦਾ ਸੌਦਾ ਕਰ ਲੈ, ਮੈਂ ਦੇ ਦਾਂਗਾ ਪੈਸੇ। ਲਗਾ ਸਪਨਾ ਦੇਖ ਰਹੇ ਹੈ ਸੇਠ ਜੀ, ਇੱਕ ਥੱਪੜ ਮਾਰੋ। ਲੈ, ਇਹਨੂੰ ਯਕੀਨ ਹੀ ਨਹੀਂ ਹੋ ਰਿਹਾ। ਨੀਟੇ। ਹਾਂ। ਤੂੰ ਮੈਨੂੰ ਸੌਰੀ ਕਿਹਾ? ਨਹੀਂ, ਮੈਂ ਨਹੀਂ ਕਿਹਾ। ਕਹਿ ਦੇ ਫਿਰ, ਮੈਨੂੰ ਗੁੱਸੇ 'ਚ ਨੀਂਦ ਨਹੀਂ ਆਉਂਦੀ। ਇੱਕ ਸ਼ਰਤ ਤੇ ਕਹੂੰਗਾ, ਲੈਟ ਜਗਾ ਲਈਏ, ਮੈਨੂੰ ਨਾ ਨੇਰੇ 'ਚ ਦਬਾਅ ਪੈ ਜਾਂਦਾ। ਸੋ ਜਾ ਡਿੱਕੇ, ਡਰਪੋਕ ਜਾ। ਨੰਗੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ, ਲੰਗੇ ਪਾਣੀ ਵਾਂਗੂ ਦੂਰ ਹੋ ਗਿਆ ਸੱਜ। ਮਿਸ਼ਰੀ, ਮੇਰੇ ਡੈਡੀ ਦੇ ਨੋਟ ਬਦਲਵਾ ਦਿਓ ਪਲੀਜ਼। Why not? मेरे डैडी दे नोट बदलवा दो प्लीज। क्यों नहीं पागल? गुड मॉर्निंग बेटा जी, ये जो आपने 1000 का नोट दिया था ना रात को, ये अब सरकार ने बंद कर दिया है, अब नहीं चलने वाला ये। आप अगर 100-100 के हैं तो दे दो। ओ माय गॉड, सरकार ने नोट ही बंद कर दिया अंकल जी, मैंने तो पता ही नहीं। दसो कदों? राती दा होए ने, पता जाए तेनू। अच्छा, तो तुम लोगों को इस बात का पता था? शर्म तो नहीं आती तुम्हें बुजुर्ग आदमी को बेवकूफ बनाते हुए? दे हुण जवाब। 5 मिनट में निकलो यहां से, 5 मिनट में। मुसीबत हो जानी साडे लिए प्लीज। झूठे अंकल जी। नोट बंदी दे सत्ते ठंडे माहौल दे विच लोकां दा बड़ा गुस्सा है, बड़ा रोष है। देखदे हां युवा पीढ़ी दा इस बारे की कहना है। अच्छा, तुसी सवेर दे बैंक दी लाइन च खड़े हो, की फील कर रहे हो? वधिया लग रहा है। कुछ लोग समर्थन भी कर रहे नोटबंदी दा, पर थानू वधिया की लग रहा है? ਮਿਸ਼ਰੀ ਦੇ ਮੈਸੇਜ ਆ ਰਹੇ ਨੇ। ਮਿਸ਼ਰੀ ਦੇ ਮੈਸੇਜ ਆ ਰਹੇ ਨੇ, ਲੋ ਜੀ, ਇਹ ਵੀ ਇਹਨਾਂ ਵਾਸਤੇ ਖੁਸ਼ੀ ਦੀ ਗੱਲ ਹੈ, ਨੋਟਬੰਦੀ ਕਰਕੇ ਕੋਈ ਕਿਸੇ ਨੂੰ ਮਿਲ ਰਿਹਾ। ਯਾਰ, ਤੂੰ ਸਾਨੂੰ ਅੰਦਰ ਕਿਉਂ ਨਹੀਂ ਵੰਡ ਦੇ ਰਿਹਾ? ਇਹ ਬੰਦਿਆਂ ਦੀ ਲਾਈਨ ਹੈ, ਉਹ ਜਨਾਨੀਆਂ ਦੀ। ਆ ਤੁਸੀਂ ਕਿਹੜੀ ਨਵੀਂ ਲਾਈਨ ਬਣਾਈ ਆ? ਇਹ ਜਾਣਕਾਰਾਂ ਦੀ ਲਾਈਨ ਆ, ਅਸੀਂ ਕੈਸ਼ੀਅਰ ਸਾਹਿਬ ਦੇ ਖਾਸਮ ਖਾਸ ਬੰਦੇ ਆ। ਆਓ ਜੀ ਅੰਦਰ। ਗੇਟ ਤਾਂ ਉਹਨਾਂ ਦੇ ਆਏ ਤੇ ਖੁੱਲੂਗਾ, ਡੀਕ ਲਓ, ਡੀਕ ਲਓ। ਜਿਹਨੂੰ ਅੱਜ ਤੱਕ ਕਦੇ ਉਹਦੇ ਘਰਦਿਆਂ ਨੇ ਨਹੀਂ ਡੀਕਿਆ, ਅੱਜ ਸਾਨੂੰ ਉਹਨੂੰ ਡੀਕਣਾ ਪੈ ਰਿਹਾ। ਇਸ ਨੋਟਬੰਦੀ ਦੇ ਮਾਹੌਲ 'ਚ ਲੋਕੀ ਕਿੰਨੀਆਂ ਤਕਲੀਫਾਂ ਝੇਲ ਰਹੇ ਨੇ। ਆਓ ਗੱਲ ਕਰਦੇ ਆ। ਭੈਣ ਜੀ, ਤੁਸੀਂ ਕਿਉਂ ਲਾਈਨ 'ਚ ਲੱਗੇ ਹੋ? ਬੈਂਕ ਵਾਲਿਆਂ ਨੇ ਪੂਰੀਆਂ ਛੋਲਿਆਂ ਦਾ ਲੰਗਰ ਲਾਇਆ, ਤੂੰ ਵੀ ਲੱਗ ਜਾ। ਜਨਤਾ ਬੜੀ ਅੱਕੀ ਹੋਈ ਹੈ ਲਾਈਨ 'ਚ ਲੱਗ ਕੇ। ਤੁਸੀਂ ਜਨਤਾ ਨੂੰ ਕੁਝ ਕਹਿਣਾ ਚਾਹੋਗੇ ਭੈਣ ਜੀ? ਮਰ ਜਾਣਾ, ਮੇਰੀਆਂ ਕਮੇਟੀਆਂ ਡੁੱਬ ਗਈਆਂ। ਪਰਸੋਂ ਕਮੇਟੀ ਚੁੱਕੀ, ਕੱਲ ਸਰਕਾਰ ਨੇ ਨੋਟਬੰਦੀ ਕਰਤੀ। ਹਫ਼ਤਾ ਪਹਿਲਾਂ ਨਹੀਂ ਸੀ ਦੱਸ ਸਕਦੇ ਮੈਂ ਕਮੇਟੀ ਹੋਰ ਕਿਸੇ ਨੂੰ ਚੁਕਾ ਦਿੰਦੀ। ਦੇਖੋ, ਕਿਸੇ ਦੀ ਕਮੇਟੀਆਂ ਡੁੱਬ ਰਹੀਆਂ ਤੇ ਕਿਸੇ ਦਾ ਕਾਲਾ ਤਨ, ਸ਼ਾਇਦ ਇਸੇ ਲਈ ਸਰਕਾਰ ਨੇ ਦੱਸਿਆ ਨਹੀਂ। ਏ ਏ, ਠੰਡਾ ਤਾਂ ਤੇਰੀ ਫੋਟਾ। ਆਓ ਕਿਸੇ ਹੋਰ ਨੂੰ ਪੁੱਛਦੇ ਆ।
ਇਹ ਸਾਡਾ ਪ੍ਰਵਾਸੀ ਭਰਾ ਵੀ ਸ਼ਾਇਦ ਕੁਝ ਕਹਿਣਾ ਚਾਹੁੰਦਾ ਹੈ। ਹਾਂ ਕਹਿਣਾ ਚਾਹੁੰਦਾ। ਹਾਂ ਸੁਣਦੇ ਆ ਸੁਣਦੇ ਆ। ਬਾਬੂ ਜੀ ਪੜਨਾ ਹਮ ਯਾ ਕੁਸ਼ਲ ਮੰਗਲ ਹੈ ਆ ਸਭ ਕੋ ਪੜਨਾ ਆ ਟੀਵੀ ਪਰ ਆ ਕੇ ਬਹੁਤ ਜ਼ਿਆਦਾ ਖੁਸ਼ ਹੈ। ਕੀ ਕਬ ਤੱਕ ਆਏਗਾ ਹਮਾਰੇ ਗਾਂਵ ਮੇ? ਇਹ ਨਹੀਂ ਆਏਗਾ ਗਾਂਵ ਮੇ। ਆ ਦੇਖ ਲੋ ਅਨੇਜਾ ਸਾਹਿਬ ਕਿਵੇਂ ਨਿਸ਼ਕਾਮ ਸੇਵਾ ਕਰ ਰਹੇ ਸਮੋਸਿਆਂ ਦੀ। ਲਿਆਵੇ ਇੱਕ ਇੱਕ ਦੇ ਸਾਰਿਆਂ ਨੂੰ। ਹਾਂਜੀ 25 ਕਹੇ ਕਿ 40 ਕਦੋਂ ਹੈ? ਉਹ ਦਫਾ ਹੋ। ਅਨੇਜਾ ਸਾਹਿਬ ਕਰਨਗੇ ਸਮੋਸਿਆਂ ਦੀ ਨਿਸ਼ਕਾਮ ਸੇਵਾ। ਉਹ ਤਾਂ ਘਰੇ ਬਿਠਾ ਕੇ ਕੰਜਕਾਂ ਨੂੰ ਉੱਠਣ ਲੱਗਿਆਂ ਨੂੰ ਕਦੇ ਦਕਸ਼ਣਾ ਨਹੀਂ ਦਿੰਦਾ, ਉਲਟਾ ਉਹਨਾਂ ਤੋਂ ਪੈਸੇ ਮੰਗ ਲੈਂਦਾ। ਪਤਾ ਨਹੀਂ ਕਦੋਂ ਆਉਣਾ ਯਾਰ, ਟੈਨਸ਼ਨ ਹੋਈ ਪਈ ਆ। ਲੋ ਜੀ ਆ ਗਏ ਨੇ ਸਾਡੇ ਕੈਸ਼ੀਅਰ ਸਾਹਿਬ। ਕੈਸ਼ੀਅਰ ਸਾਹਿਬ ਕੁਝ ਕਹਿਣਾ ਚਾਹੋਗੇ? ਕੈਸ਼ੀਅਰ ਸਾਹਿਬ ਬੁਲਾਇਆ ਨਹੀਂ ਬੋਲਦੇ। ਉਹ ਆ ਗਏ ਕੈਸ਼ੀਅਰ ਸਾਹਿਬ। ਨੋਟ ਸਿਰਫ ਇਹਨਾਂ ਦੇ ਆ ਗਏ ਕੈਸ਼ੀਅਰ। ਸਭ ਤੋਂ ਪਹਿਲਾਂ ਤਾਂ ਮੇਰੇ ਨੋਟ ਵਟਾ ਕੇ ਦਿਓ। ਸ਼ਾਂਤੀ ਪਾਠ ਲਈ ਚਾਹੀਦੇ ਆ ਜਾਂ ਮੇਰੇ ਘਰੇ ਐਂਬੂਲੈਂਸ ਭੇਜਣੀ ਹੈ? ਨਮਸਕਾਰ ਪ੍ਰਧਾਨ ਜੀ। ਨਮਸਕਾਰ ਪ੍ਰਧਾਨ ਸਾਹਿਬ। ਆਲੇ ਦੁਆਲੇ ਕੀ ਦੇਖਦੇ ਹੋ? ਤੁਹਾਨੂੰ ਕਹਿ ਰਹੇ ਹਾਂ ਪ੍ਰਧਾਨ ਜੀ। ਇਹ ਪ੍ਰਧਾਨ ਕਾਹਤੋਂ ਬਣ ਗਿਆ? ਜਦ ਦੀ ਨੋਟਬੰਦੀ ਹੋਈ। ਓਹ ਆ ਦੇਖ ਲਓ ਪ੍ਰਧਾਨ ਜੀ, ਅਸੀਂ ਤੁਹਾਨੂੰ ਕਿੰਨਾ ਮਾਣ ਬਖਸ਼ਿਆ। ਹੁਣ ਸਾਡੀ ਇੱਜ਼ਤ ਰੱਖੋ, ਪਹਿਲਾਂ ਸਾਡੇ ਨੋਟ ਬਦਲਾਓ। ਰਿਸ਼ਤੇਦਾਰੀ ਬਾਅਦ 'ਚ ਕੱਢੋ, ਪਹਿਲਾਂ ਪਿੱਛੇ ਜਾ ਕੇ ਲਾਈਨ 'ਚ ਲੱਗੋ। ਗੱਲ ਸੁਣ, ਖਿਆਲ ਰੱਖੀ ਕਿਤੇ ਲਾਈਨ 'ਚ ਨਾ ਵੜ ਜਾਵੇ। ਜੀ ਸਾਹਿਬ। ਚਲੋ ਜੀ, ਖਾਸਮ ਖਾਸੀ ਪਿੱਛੇ ਜਾ ਕੇ ਲਾਈਨ 'ਚ ਲੱਗੋ। ਕੰਮ ਕਰ। ਚਲੋ ਚਲੋ। ਕੀ ਲੱਭ ਰਿਹਾ ਹੁਣ ਤੂੰ? ਉਹ 5-10 ਸਿੱਕਾ ਸੀ ਮੇਰੀ ਪੈਂਟ ਦੀ ਜੇਬ 'ਚ ਯਾਰ। ਆ ਰਿਹਾ, ਮਿਲ ਗਿਆ। ਕਿੰਨੇ ਹੋ ਗਏ? ਇਹ ਹੋ ਗਏ 27। ਆਇਆ ਮੈਂ। ਆ ਬਿਸਕੁਟਾਂ ਦਾ ਪੈਕਟ ਵੀ ਦਿਓ ਇੱਕ। ਆ 20 ਰੁਪਏ ਦਾ। ਚਲੋ ਮੱਠੀ ਦੇ ਦਿਓ। ਠੀਕ ਆ ਲੈ ਜਾ। ਨੀਟੇ ਆਪਾਂ ਘਰੋਂ ਇੱਕ ਦੂਜੇ ਦੇ ਵਿਸ਼ਵਾਸ ਤੇ ਭੱਜ ਕੇ ਆਏ ਆ, ਸਾਨੂੰ ਲੜਨਾ ਨਹੀਂ ਚਾਹੀਦਾ। ਤੂੰ ਸਹੀ ਕਹਿ ਰਹੀ ਹੈ ਮਿਸ਼ਰੀ। ਮੈਂ ਕੱਲ ਰਾਤ ਵਾਲੀ ਗੱਲ ਲਈ ਦੁਬਾਰਾ ਮਾਫੀ ਮੰਗਦਾ। ਕੋਈ ਨਾ, ਹੁਣ ਆਪਾਂ ਕਦੇ ਨਹੀਂ ਲੜਾਂਗੇ। ਜ਼ਿੰਦਗੀ ਭਰ ਇੱਕ ਦੂਜੇ ਦਾ ਸਾਥ ਦੇਵਾਂਗੇ। ਆਪਣੇ ਕੋਲ ਇੱਕ ਰੋਟੀ ਹੋਏਗੀ, ਦੋਵੇਂ ਅੱਧੀ ਅੱਧੀ ਖਾਵਾਂਗੇ ਪਰ ਖੁਸ਼ ਰਹਾਂਗੇ। ਮੈਂ ਵੀ ਪ੍ਰੋਮਿਸ ਕਰਦੀ ਹਾਂ, ਮੈਂ ਅੱਗੇ ਤੋਂ ਨਹੀਂ ਲੜੂੰਗੀ। ਪੂਰੀ ਮੱਠੀ ਆ ਗਿਆ, ਮੈਨੂੰ ਪੁੱਛਿਆ ਵੀ ਨਹੀਂ। ਮਿਸ਼ਰੀ, ਗੱਲਾਂ ਗੱਲਾਂ 'ਚ ਮੈਨੂੰ ਖਿਆਲ ਨਹੀਂ ਰਿਹਾ, ਮੈਨੂੰ ਭੁੱਖ ਲੱਗੀ ਸੀ, ਮੈਂ ਖਾ ਗਿਆ। ਮੈਨੂੰ ਤਾਂ ਭੁੱਖ ਲੱਗਦੀ ਨਹੀਂ, ਮੈਂ ਤਾਂ ਸੋਲਰ ਸਿਸਟਮ 'ਤੇ ਚੱਲਦੀ ਹਾਂ। ਉਹ ਮਿਲ ਗਿਆ, ਤੂੰ ਵਰਤ ਰੱਖਿਆ ਹੋਣਾ। ਓ ਮਾਈ ਗੋਡ, ਫਿਰ ਤਾਂ ਤੂੰ ਹੋਰ ਵੀ ਸੈਲਫਿਸ਼ ਆ। ਜਦੋਂ ਲੱਗਿਆ ਮੈਂ ਵਰਤ ਰੱਖਿਆ ਸੀ, ਤੈਨੂੰ ਫਰੂਟ ਲੈ ਕੇ ਆਉਣਾ ਚਾਹੀਦਾ ਸੀ ਮੱਠੀ ਨੂੰ। ਫਰੂਟ? ਹਾਂ, 9 ਰੁਪਏ ਦੇ ਮਤਲਬ ਅੰਬਾਂ ਦੀ ਪੇਟੀ ਲਿਆਉਂਦਾ। ਮਿਸ਼ਰੀ, ਕਿਹੋ ਜਿਹੀਆਂ ਗੱਲਾਂ ਕਰਦੀਆਂ ਤੂੰ? ਭੱਜਣ ਤੋਂ ਪਹਿਲਾਂ ਤਾਂ ਬੜਾ ਕਹਿੰਦਾ ਸੀ ਖੁਸ਼ ਰੱਖੂੰਗਾ। ਉਹ ਯਾਰ, ਹੁਣ ਅੱਧੀ ਮੱਠੀ ਨਾਲ ਤੂੰ ਖੁਸ਼ ਹੋ ਜਾਣਾ ਸੀ? ਮੈਂ ਕਿਹੜਾ ਜਾਣ ਕੇ ਖਾਧੀ ਹੈ? ਮੈਨੂੰ ਨਹੀਂ ਖਿਆਲ ਆਇਆ ਤੇਰਾ। ਹਜੇ 24 ਘੰਟੇ ਵੀ ਨਹੀਂ ਹੋਏ ਸਾਨੂੰ ਭੱਜਿਆ ਨੂੰ, ਤੇ ਤੈਨੂੰ ਹੁਣ ਤੋਂ ਹੀ ਖਿਆਲ ਨਹੀਂ ਰਿਹਾ? ਮੈਂ ਹੀ ਪਾਗਲ ਹਾਂ ਜਿਹੜੀ ਆਪਣੇ ਮਾਂ ਪਿਓ ਛੱਡ ਕੇ ਇੱਥੇ ਬੈਠੀ ਹਾਂ ਤੇਰੇ। ਫਿਰ ਮੈਂ ਕਿਹੜਾ ਆਪਣੇ ਮੰਮੀ ਡੈਡੀ ਨੂੰ ਬੈਗ 'ਚ ਲਈ ਫਿਰਦਾ? ਮੈਂ ਵੀ ਤਾਂ ਛੱਡ ਕੇ ਆਇਆ ਮਾਂ ਬਾਪ। ਉਹੀ ਗੱਲ ਤਾਂ ਤੇ ਡਰ ਹੈ, ਜੇ ਮੇਰੇ ਪਿੱਛੇ ਮਾਂ ਪਿਓ ਨਹੀਂ ਛੱਡ ਸਕਦਾ, ਕੱਲ ਨੂੰ ਮੈਨੂੰ ਵੀ ਛੱਡ ਦੇਗਾ ਤੂੰ? ਓ ਹੈਲੋ, ਇਹ ਗੱਲ ਮੈਂ ਵੀ ਤੈਨੂੰ ਕਹਿ ਸਕਦਾ? ਮੇਰੀ ਗੱਲ ਕਾਪੀ ਕਰਨ ਦੀ ਲੋੜ ਨਹੀਂ ਆ, ਨਾਲੇ ਮੇਰੇ ਪਿੱਛੇ ਨਾ ਆਈ ਹੁਣ, ਸਮਝਿਆ? ਮੈਂ ਨਹੀਂ ਰਹਿ ਸਕਦੀ ਤੇਰੇ ਨਾਲ। ਮੈਂ ਕਿਹੜਾ ਤੇਰੇ ਨਾਲ ਰਹਿ ਸਕਦਾ? अस्पतालों में चिकित्सा के लिए पुराने नोट लिए जा रहे हैं। सरकार के हवाले से ये खबर भी आई है कि 500 और 2000। आ देखो जी, अस्पतालों हजे भी पुराने नोट चली जाते हैं। ਆ ਤੁਸੀਂ ਤੀਏ ਦਿਨ ਢਿੱਡ ਫੜ ਕੇ ਬਹਿ ਜਾਂਦੇ ਹੋ, ਕਰਾ ਲਓ ਇਲਾਜ ਪੱਥਰੀ ਦਾ। ਹੁਣ ਤੈਨੂੰ ਪੱਥਰੀ ਦੀ ਪਈ ਆ, ਇੱਥੇ ਰਾਤੋਂ ਰਾਤ ਪਹਾੜ ਡਿੱਗ ਪਿਆ। ਨਾਲੇ ਜੇ ਇਸ ਵੇਲੇ ਮੇਰੇ ਨਹੀਂ ਦਰਦ ਹੋ ਰਿਹਾ ਤੇ ਮੈਂ ਐਵੇਂ ਪਿੱਤਾ ਪੜਵਾ ਲਵਾਂ। ਚੰਗਾ, ਜੇ ਆਪਣਾ ਨਹੀਂ ਕਰਾਉਂਦਾ ਤਾਂ ਮੈਂ ਭੈਣ ਸੁਨੀਤਾ ਦਾ ਹੀ ਕਰਾ ਲਵਾਂ। ਮਾਲਿਕ ਆ, ਜਲਦੀ ਬਾਹਰ ਆਈਏ। ਬੱਚੇ ਜਾਣਗੇ, ਜਾ ਜਲਦੀ ਆ ਜਾਈਏ ਮਾਲਿਕ। ਹੁਣ ਕੀ ਪਸੂੜੀ ਪੈ ਗਈ ਮਾਲਿਕ? ਨੀਟਾ ਬਾਜੀ ਆ ਗਿਆ, ਗੁੰਡੀ ਲਗਾ ਦੂੰ। आप ही ने बोला था ना कि जब आएंगे तो आप उनकी हड्डी पसली तोड़ेंगे। तोड़े जे हड्डी पसली तोड़ती तो दुकान तक ही ने बहना। मेरे तो अगे लक ते लहंगे बन बन के धुनी ते जख्म होए पए ने। लग्या बलदी ते तेल पाऊं जा भजा दुकान ते। ਡੈਡੀ, ਤੇ ਮੈਨੂੰ ਜਿੰਨਾ ਕੁੱਟਣਾ ਕੁੱਟ ਲਓ, ਗਲਤੀ ਤਾਂ ਮੇਰੇ ਤੋਂ ਬਹੁਤ ਵੱਡੀ ਹੋਈ ਆ। ਜਿੱਦਾਂ ਦੀ ਤੂੰ ਕਰਤੂਤ ਕੀਤੀ ਆ, ਜੀ ਤਾਂ ਕਰਦਾ ਤੇਰੀ ਤੌੜੀ ਲਾ ਦੇ। ਪਰ ਕੀ ਕਰਾਂ, ਨੋਟਬੰਦੀ ਕਰਕੇ ਕਿਸੇ ਹੋਰ ਕੰਮ ਵੱਲ ਧਿਆਨ ਨਹੀਂ ਜਾਂਦਾ। ਚੜਾ ਦਿੱਤਾ ਚੰਨ, ਕੁੜੀ ਲੈ ਕੇ ਭੱਜਿਆ ਸੀ, ਹੁਣ ਕੀ ਲੈਣਾ ਆਇਆ ਇੱਥੇ? ਆਧਾਰ ਕਾਰਡ ਲੈਣਾ ਆ।
ਘਰੇ ਭੁੱਲ ਗਿਆ ਸੀ। ਉਹ ਤੂੰ ਸ਼ੁਕਰ ਕਰ ਘਰੇ ਵਾਪਸ ਮੁੜਿਆ, ਉਹ ਵੀ ਕੱਲਾ ਨਹੀਂ। ਅੱਜ ਕੱਲ ਜੇ ਲੋਕਾਂ ਦੇ ਨਿਆਣੇ ਭੱਜਦੇ ਆ ਘਰੋਂ ਤਾਂ ਨਾ ਨਿਆਣੇ ਲੈ ਕੇ ਮੁੜਦੇ ਆ। ਥੈਂਕ ਯੂ ਡੈਡੀ, ਤੁਸੀਂ ਮੈਨੂੰ ਅੰਡਰਸਟੈਂਡ ਕੀਤਾ। ਪਰ ਸਮਝ ਲਓ, ਜਵਾਨ ਖੂਨ ਸੀ, ਵਾਲਾ ਖਾ ਗਿਆ। ਉਹ ਜੇ ਜਵਾਨ ਖੂਨ ਸੀ ਤਾਂ ਸਾਈਕਲ ਤੇ ਕੱਪੜੇ ਦੀ ਫੇਰੀ ਲਾਉਣੀ ਸੀ, ਮੇਰੇ ਮੂੰਹ ਤੇ ਕਾਲ ਖਲਾਉਣੀ ਸੀ। ਜਵਾਨ ਖੂਨ ਸੀ ਵੱਡੇ ਮਿਰਜੇ ਦਾ। ਤੋਸ਼ੀ ਚੱਲ ਮੁੰਡੇ ਨੂੰ ਰੋਟੀ ਦੇ। ਲੈ ਜਵਾਈ ਬਣਨ ਨੂੰ ਫਿਰਦਾ ਹਲਵਾਈਆਂ ਦਾ, ਭੁੱਖ ਲੱਗੀ ਹੋਣੀ ਇਹਨੂੰ ਕਿਤੇ। ਖਾ ਲਾ ਉੱਥੇ ਹੀ ਜਾ ਕੇ, ਮੈਥੋਂ ਨੀ ਬਣਦੀਆਂ ਇਹਦੀਆਂ ਰੋਟੀਆਂ। ਚੱਲ ਬਾਹਰੋਂ ਕੁਲਚੇ ਛੋਲੇ ਖਾ ਲਾ, ਜਦੋਂ ਮੇਰੇ ਨਾਲ ਏਦਾਂ ਹੁੰਦੀ ਹੈ ਮੈਂ ਵੀ ਇਹੀ ਖਾਂਦਾ ਹੁੰਦਾ। ਨਮਸਕਾਰ, ਭੋਲਾ ਮੇਰਾ ਨਾ ਹੀ ਰੱਖਤਾ। ਆ ਤਾਂ ਪੈਸੇ ਪੂਸੇ ਨੂੰ ਮੈਂ ਕਦੀ ਗੋਲਿਆ ਨਹੀਂ, ਤੇ ਪੈਸਾ ਕਮਾਉਣਾ ਮੇਰੇ ਲਈ ਕਾਹਦਾ ਔਖਾ। ਨਾਲੇ ਜਿਹੜਾ ਕੁਝ ਮੈਂ ਸ਼ਹਿਰ ਚ ਦੇਖ ਕੇ ਆਇਆ ਨਾ, ਓਏ ਹੋਏ ਹੋਏ, ਨਹੀਂ ਰੀਸਾਂ ਵੀ। ਆਪਾਂ ਤਾਂ ਜਣੀ ਇੱਥੇ ਸਾਰੇ ਬਸ ਹਨੇਰੇ 'ਚ ਹੀ ਰਹੀ ਜਾਂਦੇ ਹਾਂ। ਅਗਲਿਆਂ ਨੇ ਉੱਥੇ ਵੇਲਣੇ ਹੱਟੀਆਂ 'ਤੇ ਲਾਏ ਹੋਏ ਆ। ਚਵਾਨੀ ਦੋ ਝੱਟ ਨਿੰਬੂ ਪੂਦਨਾ ਪਾ ਕੇ ਭਰ ਕੇ ਗਲਾਸ ਰਸ ਦਾ ਘਰ ਦਿੰਦੇ ਮੂਹਰੇ। ਨਾਲੇ ਸ਼ਿਕੰਜਵੀ ਬੋਤਲਾਂ 'ਚ ਪਾ ਕੇ ਚਿਣ ਕੇ ਰੱਖੀ ਹੁੰਦੀ ਆ ਬੰਟੇ ਨਾਲ ਬੰਦ ਕਰਕੇ। ਬੰਟੇ 'ਤੇ ਸੱਟ ਮਾਰੋ ਅਤੇ ਛਾਲਾਂ ਮਾਰਦੀ ਸ਼ਿਕੰਜਵੀ ਐਂ ਬਾਹਰ ਆਉਂਦੀ ਜਿਵੇਂ ਮੋਗੇ 'ਚੋਂ ਸਰਕਾਰੀ ਪਾਣੀ ਬਾਹਰ ਆਉਂਦਾ। ਅਤੇ ਸਰਪੰਚ ਸਾਹਿਬ, ਪੈਸਾ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ ਮੇਰੇ ਵਰਗਾ, ਪੈਸਾ ਤੇ ਜਾਂਦਾ ਅੱਗੇ ਅੱਗੇ। ਜੇ ਨਹੀਂ ਯਕੀਨ ਤੇ ਆਪੇ ਕਰ ਲਓ ਦਰਸ਼ਨ। ਆ ਲਓ ਜੀ। ਨਾ ਤੂੰ ਐਵੇਂ ਦੰਦੀਆਂ ਜੀਆਂ ਕੱਢੀ ਜਾਂਦਾ। ਆ ਜਿਹੜਾ ਤੂੰ 1000 ਦਾ ਨੋਟ ਚੱਕੀ ਫਿਰਦਾ ਨਾ, ਇਹ ਤਾਂ ਸਰਕਾਰ ਨੇ ਕਦੋਂ ਦਾ ਬੰਦ ਕਰਤਾ। ਤੇਰੀ ਸਾਰੀ ਕਮਾਈ ਮਿੱਟੀ ਹੈ ਮਿੱਟੀ, ਤੂੰ ਭੋਲਾ ਨਹੀਂ, ਮੂਰਖ ਹੈ ਮੂਰਖ। ਕਿਉਂ ਸਰਪੰਚ ਸਾਹਿਬ? ਹਾਂ ਭੋਲਿਆ, ਇਹ ਨੋਟ ਤਾਂ ਹੁਣ ਬੰਦ ਹੋ ਚੁੱਕਿਆ, ਇਹ ਤਾਂ ਹੁਣ ਮਿੱਟੀ ਹੈ। ਨਾ ਜੇ ਨੋਟ ਮਿੱਟੀ ਹੋ ਗਿਆ ਤਾਂ ਇਸ ਵਿਚਾਰੇ ਦੀ ਮਿਹਨਤ ਤਾਂ ਨਹੀਂ ਮਿੱਟੀ ਹੋਈ। ਬੰਸਿਓ, ਤੂੰ ਕੀ ਕਹਿੰਦਾ? ਵੇਖ ਲਓ ਸਰਪੰਚ ਸਾਹਿਬ, ਗੱਲ ਤਾਂ ਪੈਸਿਆਂ ਦੀ ਹੋਈ ਸੀ। ਇਹਦਾ ਮਤਲਬ ਭੋਲਾ ਹੀ ਪਿੰਡ ਦਾ ਸੀ, ਭੋਲੇ ਦਾ ਤਾਂ ਪਿੰਡ 'ਚ ਕੋਈ ਵੀ ਨਹੀਂ। ਫਿਰ ਮੈਂ ਵੀ ਪਿੰਡ 'ਚ ਰਹਿ ਕੇ ਕੀ ਕਰਨਾ? ਆ ਤੁਹਾਡੇ ਬੁਗਨੀ ਵਾਲੇ ਪੈਸੇ। ਨਹੀਂ ਭੋਲੇ ਰਹਿਣ ਦੇ, ਅਸੀਂ ਨਹੀਂ ਲੈਣੇ। ਹਾਂ ਹੁਣ ਕੀ ਹਾਲ ਹੈ ਖੰਨਾ ਸਾਹਿਬ ਦਾ? ਖੰਨਾ ਭਾਈ ਸਾਹਿਬ ਤੇ ਫਿਰ ਵੀ ਕੁਝ ਠੀਕ ਨੇ ਜੀ, ਪਰ ਕਿਰਨਾ ਨੇ ਰੋ ਰੋ ਕੇ ਬੁਰਾ ਹਾਲ ਕੀਤਾ ਹੋਇਆ, ਮੈਥੋਂ ਉਹਦਾ ਰੋਣਾ ਨਹੀਂ ਦੇਖਿਆ ਗਿਆ। ਵਿਚਾਰੀ ਕਿਰਨਾ ਦੇ ਤਾਂ ਲੇਖ ਹੀ ਮਾੜੇ ਨੇ ਜੀ, ਰੱਬ ਧੀਆਂ ਬਾਅਦ ਚੋਂ ਜੰਮਦਾ, ਪਹਿਲਾਂ ਲੇਖ ਮਾੜੇ ਲਿਖਦਾ।
पंजी पंजी करके खन्ना साहब ने किरना दे व्याह लई पैसे जोड़े सी। किसे काम नहीं आए मुंडे वाले नवे नोट मंगदे कित्थों लैके आऊ बेचारा 30 लाख दे नवे नोट इत्थे 2000 दे नोट लई सवेर तों लैके शाम तक लाइनां च खड़ना पैंदा जदों वारी आउंदी आ उदों एटीएम च कैश मुक जांदा। नीटा तू एनु कड़ाई सुट। यार मैं कोई जरूरी गल करना आया थोड़े नाल। मिश्री तू अंदर जा एहो जे दा कुछ नहीं पता कदों वट्टा मार के भज जाए। गोलू मैं सीरियस गल करना आया यार। तू जिन्नी मर्जी सीरियस गल कर ला पुत पर हुण मिश्री नहीं तेरे पिछे सीरियस हुंदी। मैनूं 2 मिंट मिल सकदे ने भांडा लिया आ ओ मामा ओ दुध पवाउण नहीं आया। तू बोल की बोलना। मैं किरना बारे गल करना आया। खन्ना अंकल ते जो भी बीती आपां सारयां नूं पता किरना अपनी भी दोस्त है अपना फर्ज बनता है दोस्ती के नाते कुछ कर। खोया असं दोस्ती जी कढ़ रहे हैं नहीं तो सानू कड़ा घंटे तो $12 मिलते हैं। पर किरना का तो रिश्ता टुट गया ना जे हो रहा हों आप कुछ कर सकते हूँ की करिए। उही तो मैं कह रहा आप मुंडे वाले के घर चलते उन्होंने समझाने कि पता किरना का विआ ही हो जाए। देख जे तू किरना बारे वाकई इदा सोचदा आप तेरे न चल सकते हैं पर तू मेरे तो हूँ दूर ही रही। ਉਹ ਵੀ ਘੱਟੋ ਘੱਟ 5 ਫੁੱਟ। ਹਾਂ ਘੱਟੋ ਘੱਟ 5 ਫੁੱਟ ਨਹੀਂ ਤਾਂ ਮੈਂ ਇਹਦੀ ਅੱਖਾਂ 'ਚ ਮਿਰਚਾਂ ਪਾ ਦੂੰਗਾ। ਹਾਂ ਠੀਕ ਹੈ। ਖੰਨਾ ਸਾਹਿਬ ਨਾਲ ਮੇਰੀ ਗੱਲ ਤਾਂ ਹੋ ਗਈ ਹੈ। ਮੈਂ ਸਾਰਾ ਕੁਛ ਤਾਂ ਕਲੀਅਰ ਕਰਤਾ ਸੀ ਉਹਨਾਂ ਨੂੰ ਹੁਣ ਹੋਰ ਕੀ ਗੱਲ ਕਰਨੀ ਹੈ। अंकल पैसे ही थोड़ी सब कुछ हुंदा किन्ना बहुत चंगी कुड़ी है उन्हें देखो थोड़ी धी की कमी पूरी कर देनी है। बेटा जी मैं लखा रुपये ला के मुंडे नूं पढ़ाया लिखाया मेरा इन्ना तो बनता ही है। 500,000 के नोट नहीं बदले अंकल जी नोटा ने इंसान बदलते ते रिश्ते बदलते। तुसी अपने मुंडे की काबिलियत का मुल नहीं ला रहे हो एक कुड़ी के प्यो की इज्जत का मुल ला रहे हो। किन्ना लाचार हुंदा प्यो जड़ा अपनी कुड़ी भी देंदा ते अपनी सारी जिंदगी दी जमा कीती पूंजी भी फिर भी आखिर ही सोच के मरता कि पता नहीं मेरे तो बाद मेरी कुड़ी नाल की होना। एनीटे मुंशी प्रेमचंद कित्थों आ गया। गेट अप आई से गेट अप आउट। हुण बेइज्जती तां करा ली ऑटो भी करा लो चलिए करे। इहो जे लोकां करके तां भार लगदियां ने यार कुड़ियां मां प्यो नूं सोचते भी नहीं दाज मंगन तो पहला भी कुड़ी या कुड़ी दे मां प्यो ते की बीतू। खबरदार जे तुसी कदी किसी ने दाज मंगया मिश्रीया ना लोका ने मुंडा व्याहना थोड़ी है वेचना। ओ हेलो ए गल मिश्री बोल के दसन दे की लोड़े। गोलू एना ने मुंडा व्याहना नहीं वेचना बोलेगा ता भी मिश्री ने सुनी लेना है। 5 फुट दूर मैं तां खन्ना अंकल दी टेंशन हो रही है मसा तां किन्ना दा रिश्ता पक्का होया सी एना ने नहीं मनना बिना पैसिया तो आपां नूं बंदोबस्त करना पैणा। 1,500 नहीं देना 30 लाख देना है। हाँ। वो भी नमें नोट। अजे कैश नहीं आया। हाँ मैं नोट बदलन वाला गलत काम नहीं कर सकता ना। असी कहड़ा नोटा बदले 32 बोर मंग रहे हैं नोट ही मंग रहे हैं। एक कार्ड ते 2.5 लाख रुपया मिल सकता है। अंकल जी कार्ड जिन्ने मर्जी 256 GB चलू। वो मेमोरी कार्ड ते पैसे नहीं बन रहे ਵਿਆਹ ਦੇ ਕਾਰਡ ਦੀ ਗੱਲ ਕਰ ਰਹੇ ਆ। ਅੱਛਾ ਤੁਸੀਂ ਦੋਵੇਂ ਵਿਆਹ ਕਿਉਂ ਨਹੀਂ ਕਰਾ ਲੈਂਦੇ ਦੋਵਾਂ ਨੂੰ 2.5 ਲੱਖ ਰੁਪਏ ਮਿਲ ਜੂਗਾ। ਅੰਕਲ ਜੀ ਪੈਸੇ ਨਹੀਂ ਦੇਣੇ ਨਾ ਦਿਓ ਪਰ ਘੱਟੋ ਘੱਟ ਇਹੋ ਜਿਹੀ ਬੁਰੀਆਂ ਸਲਾਹਾਂ ਤਾਂ ਨਾ ਦਿਓ। ਅੰਕਲ ਜੀ ਪਲੀਜ਼ ਐਂ ਨਾ ਕਰੋ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਵੈਸੇ ਵੀ ਚੁੱਪ ਚੁਪੀਤੇ ਬੈਂਕਾਂ 'ਚ ਨੋਟ ਬਦਲੀ ਹੋ ਹੀ ਜਾ ਰਹੇ ਨੇ। ਜਿੰਨੇ ਮੂੰਹ ਓਨੀਆਂ ਗੱਲਾਂ ਸਾਡੇ ਬੈਂਕ 'ਚ ਇੱਦਾਂ ਨਹੀਂ ਹੁੰਦਾ। ਤੁਸੀਂ ਮਾਰਕੀਟ 'ਚ ਪਤਾ ਕਰੋ ਹੋ ਸਕਦਾ ਤੁਹਾਨੂੰ ਨਵੇਂ ਨੋਟ ਮਿਲ ਜਾਣ। ਮਾਰਕੀਟ 'ਚ ਕਿਹੜਾ ਲੋਕਾਂ ਨੇ ਨਵੇਂ ਨੋਟਾਂ ਦੀ ਰੇੜੀਆਂ ਲਾਈਆਂ ਹੋਈਆਂ ਮਾਰਕੀਟ 'ਚ ਮਿਲ ਜਾਣਗੇ। चलो यार चलो इतने कुछ नहीं होना। चलो कुछ नहीं मिलेगा चल मिश्री कैंपा को लवी पूछे अंकल ने। अंकल मार्केट किथे सब बदले जाते ने जी जिन्ने मर्जी नोट बदल लो हिंदुस्तान च की नहीं हुंदा ना। मेरी गल सुनो सरकार ने केड़ा नवे नोट लोगों को मनी आर्डर करने ने है और निकलने तो साढ़े वर्गे बैंक मुलाजमों के हाथों ही। हाँ जी हाँ ठीक है जी तुसी पहुंच के फोन कर दियो। हाँ जी बस जी जिनी रकम होनी है
15% ਅਸੀਂ ਲੈਣਾ ਹਾਂ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਓਕੇ ਉਹ ਵੀਰੇ ਉਹ ਮਾੜਾ ਧੱਕਾ ਲਾ ਦੇ ਅੰਕਲ ਜੀ ਇਹਨਾਂ ਨੂੰ ਮੈਂ ਬਦਲ ਕੇ ਲਿਆਉਂ ਤੁਸੀਂ ਬਸ ਵਿਆਹ ਦੀ ਤਿਆਰੀ ਕਰੋ ਵੈਸੇ ਪੁੱਤਰ ਮੈਨੂੰ ਤੇਰੇ ਤੇ ਪੂਰਾ ਯਕੀਨ ਹੈ ਫਿਰ ਵੀ ਇੱਕ ਵਾਰ ਆਪਣੇ ਫਾਦਰ ਸਾਹਿਬ ਤੋਂ ਕਹਾ ਦਿੰਦਾ ਤਾਂ ਪਾਪਾ ਤੁਸੀਂ ਮੈਂ ਤਾਂ ਵੈਸੇ ਕਹਿ ਰਿਹਾ ਸੀ ਰੱਖਾਂ ਦਾ ਮਾਮਲਾ ਹੈ ਬੱਚਾ ਕਿਤੇ ਇੰਨੇ ਨੋਟ ਦੇਖ ਕੇ ਘਬਰਾ ਨਾ ਜਾਏ ਲੈ ਅੰਕਲ ਜੀ ਤੁਸੀਂ ਲੱਖਾਂ ਦੀ ਗੱਲ ਕਰਦੇ ਹੋ ਸਾਡਾ ਨੌਕਰ ਵੀ ਕਰੋੜਾਂ 'ਚ ਖੇਡਦਾ ਕਿਉਂ ਬਿਮਾਰ ਆਦਮੀ ਸੇ ਮਜ਼ਾਕ ਕਰ ਰਿਹਾ ਹੈ ਜਵਰ ਅੰਕਲ ਜੀ ਤੁਸੀਂ ਚਿੰਤਾ ਨਹੀਂ ਕਰਨੀ ਤਿਆਰੀਆਂ ਕਰੋ ਮੈਂ ਚੱਲਦਾ ਪੁੱਤਰ ਤੂੰ ਜੋ ਵੀ ਕੁਛ ਕਰ ਰਿਹਾ ਹੈ ਨਾ ਮੇਰੀ ਧੀ ਕਿਰਨ ਲਈ ਸ਼ਾਇਦ ਉਹਦਾ ਆਪਣਾ ਸੱਕਾ ਭਰਾ ਵੀ ਹੁੰਦਾ ਤਾਂ ਉਹ ਵੀ ਨਹੀਂ ਕਰਦਾ ਨਹੀਂ ਨਹੀਂ ਅੰਕਲ ਜੀ ਨੀਟੇ ਤੈਨੂੰ ਜ਼ਿੰਦਗੀ 'ਚ ਕੋਈ ਵੀ ਲੋੜ ਹੋਵੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਬਸ ਇੱਕ ਵਾਰ ਮਾਤਾ ਨੈਣਾ ਦੇਵੀ ਦੇ ਮੱਥਾ ਟੇਕ ਆਈ ਮਾਂ ਸਭ ਦੀ ਸੁਣਦੀ ਹੈ ਮੇਰੀ ਵੀ ਸ਼ਾਇਦ ਉਹਨੇ ਸੁਣੀ ਹੈ ਤਾਂ ਹੀ ਤੈਨੂੰ ਇੱਥੇ ਭੇਜਿਆ ਕੋਈ ਗੱਲ ਨਹੀਂ ਅੰਕਲ ਜੀ ਕਿਰਨਾ ਦਾ ਵਿਆਹ ਹੋ ਜਾਵੇ ਸੁੱਖੀ ਸਾਂਦੀ ਫਿਰ ਮੈਂ ਤੁਹਾਨੂੰ ਵੀ ਲੈ ਜਾਊਂਗਾ ਮਾਤਾ ਰਾਣੀ ਦਾ ਮੱਥਾ ਟਿਕਾਉਣ ਟੈਂਪੂ 'ਤੇ ਜੈ ਮਾਤਾ ਦੀ ਜੈ ਮਾਤਾ ਚੱਲੀ ਚੱਲੀ ਹਾਂਜੀ ਭਾਅ ਜੀ ਉਹ ਪੈਸੇ ਆ ਗਏ ਸੀ ਜੀ ਦੱਸੋ ਕਦੋਂ ਆਵਾਂ ਬਦਲਵਾਉਣ ਦੋ ਦਿਨ ਬਾਅਦ ਭਾਅ ਤੁਹਾਨੂੰ ਦੱਸਿਆ ਤਾਂ ਸੀ ਦੋ ਦਿਨ ਬਾਅਦ ਕੁੜੀ ਦਾ ਵਿਆਹ ਹੈ ਜੀ ਯਾਰ ਉਹ ਤਾਂ ਦੋ ਦਿਨ ਬਾਅਦ ਕਹੀ ਜਾਂਦਾ ਦੋ ਦਿਨ ਮੈਂ ਕਹਿੰਦੀ ਆ ਸੂਟ ਸੱਸ ਨੂੰ ਲਾ ਦੇਣੇ ਨਹੀਂ ਇਹ ਰੰਗ ਸੱਸ ਨੂੰ ਨਹੀਂ ਅੱਛਾ ਲੱਗਣਾ ਵਧਾਈ ਹੋਵੇ ਮਿਸ਼ਰੀ ਦੇ ਸਹੁਰੇ ਨੇ ਵਿਆਹ ਮੰਗ ਲਿਆ ਅਗਲੇ ਮਹੀਨੇ ਦਾ ਕਰੋ ਤਿਆਰੀ ਚਲੋ ਤਾਂ ਠੀਕ ਹੈ ਪਰ ਇੰਨੇ ਥੋੜੇ ਟਾਈਮ ਦੇ ਵਿੱਚ ਤਿਆਰੀ ਕਿਵੇਂ ਹੋਊਗੀ ਭੈਣ ਜੀ ਭੈਣ ਜੀ ਸ਼ੁਕਰ ਕਰੋ ਅਗਲੇ ਵਿਆਹ ਲਈ ਮੰਨ ਗਏ ਨੇ ਤੁਸੀਂ ਤਾਂ ਰਾਤੋਂ ਦਿਨ ਨਾ ਚੜ੍ਹਨ ਦਵੋ ਤਾਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰੋ ਹੁਣ ਤੁਸੀਂ ਢਿੱਲੇ ਨਾ ਪਾਓ ਤਿਆਰੀ ਸ਼ੁਰੂ ਕਰੋ ਵਿਆਹ ਦੀ ਨਾ
आ ले। तेरे डैडी नू पता सी पैसे बारे? नहीं। फिर तां गणन दी लोड़ नहीं। चल मैं जल्दी तैयार होना। हाँ तू तो रिबन भी कटाना। तू नक ना कटा दी चंगा छेती आ जी बरात आने तो पहले। और मैनू मेरी जिम्मेवारी का एहसास है मिश्री, मेरी गल हो चुकी है बंदे नाल। मैनू पता जे पैसे पूरे ना होए करना दे फेरे पूरे नहीं होने। इन्हां पैसों मैं अपनी जान तो ज़्यादा संभाल के रखूँ। आया मैं बस। साड़ी दुकान ते नवे ब्राइडल सूट्स आए ने। फिर मैनू की दस रहा? क्यों लेने नहीं तू? अगले हफ्ते तेरा ब्याह। लख वारी कहा तेनू छड देना है, यादा विचों भी मैं कर अड देना है। लख वारी कहा तेनू छड देना है, यादा विचों भी मैं कर अड देना है। पर पैरा ते नी वस चलेदा, हर कदम तेरा ही राह चुनदा। पहला मैं नी सुनी दिल दी, ते हुण मेरी नहीं ओ दिल सुनदा। पहला मैं नी सुनी दिल दी, ते हुण मेरी नहीं ओ दिल सुनदा। तू ब्याह कद कराना? करा लांगे जदों नोटां दा रौला मुकू। पर उत्ता तू होना नहीं ना, मैनू दसन लई भी कुड़ी मेरे नाल जचदी है कि नहीं। लख वारी कहा तेनू छड देना है, यादा विचों भी मैं कर अड देना है। भाई साहब मैं ही कीता सी फोन पैसे ले। की गल? ठत्तर दी नोटबंदी ते तुरों जिहड़ा हुण पहुंचे हो ओ जादा खड़े आ। जिहड़ा लंघदा 2000 दे खुले मंगदा, ओ 500 दे नोट तां हले गवर्नमेंट ने भी नहीं छापे। ओ मैं करो छाप लां। एक मिंट भाई साहब, असीं सलाह कर लिए। क्यों क्यों करो, कल्ला हौसला लेके तुरे सी? सलाह कर लिए। मैनू बंदा ठीक नहीं लगदा, बाकी तू देख ले। पिछे फिर अपने कोले कोई होर चारा भी नहीं ना है, उत्थे करना दी बरात आ जानी है। भाई साहब ये नवे नोट असली होणगे जी? नवे नोटा दी फोटो कॉपी भी ना पुराने नोटा ना महंगी है, छेती काम दी गल करो। हलो भाई साहब, ये पूरे 40 लाख ने जी, गिन लो, सानू नवे नोट दे दो छेती, काली बहुत है। ओ जिन्हां नूं मैं नोट गिनूंगा ना, उन्हां नूं तो सरकार ने अगली नोटबंदी कर देनी है। सुनिया 2000 दा नोट भी बंद होने वाला। एक काम करो, तुसी 2 घंटे बाद इत्थे आके पैसे ले जाओ, ठीक है? 2 घंटे बाद क्यों, हुणे क्यों नहीं? भैन जी बिना गिने तुसी नवे नोट ले लोगे? मैनू भी तो आ नोट मशीन च पाके चेक करने पैणगे। ठीक है भाई साहब, फिर 2 घंटे नूं इत्थे मिलदे हैं जी। हाँ जी। नीट जे ना आया भाई साहब, सानू कोई रसीद वगैरह तां दो जी। ना रसीद नूं, तू लंगर च पैसे दे रहा, यकीन नहीं था फल अपने पैसे। अच्छा ठीक है भाई साहब, कोई ना जी, 2 घंटे तक इतने ही मिलते हैं। थैंक यू। चले कि माड़ा तक कता ला दो।
मैं लगता आप गड्डी नहीं 40 लाख नूं धक्का ला रहे। खन्ना साहब रात तो सब फिलहाल बाबा। यार बरात आ गई है, नीटा नहीं आया हले तक। खड़ जाओ यार, मैं फेसबुक से देखता। ਉਹ ਇਹਦੇ ਵਰਗਾ ਫੁਕਰਾ ਨਾ 25 ਲੱਖ ਦੇ ਨਵੇਂ ਨੋਟ ਦੇਖ ਕੇ ਪਹਿਲਾਂ ਫੇਸਬੁੱਕ 'ਤੇ ਸੈਲਫੀਆਂ ਪਾਉਣ ਲੱਗ ਪੈਂਦਾ ਹੁੰਦਾ। ਨਮਸਤੇ। ਨਮਸਕਾਰ ਜੀ, ਵੈਲਕਮ ਜੀ। ਲਓ ਜੀ ਕਰਾਂ ਮਿਲਣੀਆਂ। ਜੀ ਜੀ ਖੰਨਾ ਸਾਹਿਬ, ਮਿਲਣੀ ਬਾਅਦ 'ਚ ਕਰ ਲਾਂਗੇ, ਪਹਿਲਾਂ ਗੱਲ ਕਰ ਲਈਏ। ਅਸੀਂ ਆ ਜਾਓ, ਤੁਸੀਂ ਆ ਜਾਓ। मैं आ गया। आई आप हर्डिंग मिश्री, एक गल पूछा। हाँ। कितने तू साड़ी गलती करके अपने घर दे प्रेशर या गुस्से तो नहीं बैक कराई जाती? नहीं, मैं आप कराया अपनी मर्जी नाल। फिर तो कंग्रेचुलेशन। फोन ही नहीं लग रहा। नीटे मैनू डर लग रहा। डर तो मैनू भी लग रहा मिश्री, ओदा फोन स्विच ऑफ है। बस कन्फर्म हो गया हूं, तो पैसे नहीं मिलते हूं सानू। मैं तेनू कहा सी उस इंसान नू पैसे ना दे। जे उन्हें पैसे ना दें दे, फिर केड़ा पुराने नोटा नाल किरना दा व्याह हो चलिया सी। यही प्रॉब्लम है तेरी, तू बंदे नू होर प्रॉब्लम च पा देना। किरना दा व्याह टुट गया सी, अगली ने सबर करके बह जाना सी, पर तेरी हुणे झूठी तसल्ली करके होर दुखी हो जू। मैं केड़ा जानबूझ के कीता ए सब, मैं सोचा सी पैसे मिल जाणगे, अगली दा व्याह हो जूगा। तो तू सोचदा बहुत आ, सोचा तो तू ए वी सी आपा भज के खुश रहांगे रहे। छड्ड के तू गई सी मैनू, ओ वी एक मठी पिछे। एहो जा केड़ा प्यार होया जड़ा अद्धी मठी पिछे टुट गया? ए गल नहीं समझ लगी मैनू। गल मठी दी नहीं सी, गल केयर दी सी। उथे बैठ के कल्ला चबर चबर करके मठी खा गया तू। तेनू एक भी बारी ए ख्याल आया वी मैं भुखी बैठी सी? मेरी जिंदगी दी सब तो वड्डी गलती सी, मैं चाह नाल मठी क्यों खादी? मिश्री, मैं सौं खा के कहना गां तो मैं पानी भी तेनू पुछे बिना नहीं पीऊंगा। बस एक बारी मैनू माफ कर दे। अगले हफ्ते ब्याह मेरा। मैं तरीक बदलन नू नहीं कह रहा, मुंडा बदलन नू कह रहा। डैडी ने नहीं मनना। तेरे डैडी दी मैं नाल नाल भी सार लूं। बस तू हां कह दे। मैं लगता नहीं हूँ मरुती वाला किन्ना दी बरात डीकदी हो। चल हाँ जी दसो की बनिया। तुसी फिक्र ना करो मोगा साहब, तुसी कार व्यार शुरू करवाओ, फेरे हुण तक पैसे आ जाणगे। हाले पैसे आउणे आ, इहदा मतलब इंतजाम नहीं होया। अब मोगा साहब सारा इंतजाम हो गया, मेरा बेटा आप लैण गया पैसे। हाँ जी फिर तो होगी मिलनी। जड़ा माता रानी दी पेमेंट मार सकदा, वो किसी दी भी पेमेंट मार सकदा। माता रानी दी पेमेंट लेके मेरा मुंडा कल्ला नहीं सी भज्जिया, तेरी धी नाल सी। वो तो अज भी नाल सी, मैं तो आप ओदे स्कूटर दे पिछे बह के नाल जांदी देखी। ਨਾ ਦੱਸੋ ਚਮਨ ਜੀ, ਤੁਸੀਂ ਨੀਟੇ ਨੂੰ ਫੋਨ ਕਰੋ, ਮੈਂ ਤਾਂ ਬਰਬਾਦ ਹੋ ਜਾਊਂ। ਮੈਂ ਮਿਲਾਉਣ ਹੀ ਲੱਗਿਆ ਸੀ, ਮੈਂ ਤਾਂ ਊਸ਼ਾ ਭੈਣ ਜੀ ਦੀ ਗੱਲ ਸੁਣ ਕੇ ਟੈਨਸ਼ਨ 'ਚ ਆ ਗਿਆ। ਬਿਜ਼ੀ ਆ ਰਿਹਾ, ਹੋਰ 5 ਮਿੰਟਾਂ ਨੂੰ ਬੰਦ ਆਏਗਾ। ਮੋਗਾ ਸਾਹਿਬ ਬਸ ਥੋੜ੍ਹੀ ਦੇਰ ਹੋਰ ਜੀ। ਵਾਹ ਖੰਨਾ ਸਾਹਿਬ ਵਾਹ, ਉਹ ਕਹਿੰਦੇ ਹੁੰਦੇ ਨਾ ਬੂਹੇ ਬੈਠੀ ਜੰਨ ਤੇ ਬਿਨਾ ਕੁੜੀ ਦੇ ਕੰਨ। ਵਾਹ विश्वास करो मोगा साहब। मिश्री आ गई, नीटा भी आ गया। खन्ना साहब पैसे आ गए। शुक्र नीटे पुत्र तू आ गया। देख पुत, हुण तू मोगा साहब नू पैसे फड़ा दे, आपा फेर शुरू कराई। दस दे। तू दस। दस दे मिश्री। तू दस दे। तू दस दे। तू दस करिए। ओ छेती दस दे पैसे कित्थे है। देख पुत्र छेती दस, ब्याह दा मुहूर्त निकला जा रहा है। इटे बोलदा क्यों नहीं, कित्थे ने पैसे? अंकल जी, जिंदगी च पैसा ही सब कुछ हुंदा,
पैसा जोड़ने नाल रिश्ते नहीं जुड़ते। ये बहुत बढ़िया गल है, आपां बाद च कर लांगे। पहला तो पैसे कित्थे है? पैसा कद सवाह हो जाए पता थोड़ी चलता अंकल जी। मैनू तो लगता सवाह हो गया। ओ तो कुछ बोलता क्यों नहीं, चुप क्यों? दस पैसे कित्थे है? डैडी पैसे नहीं मिले सानू, साडे नाल धोखा हो गया। धोखा तो मेरे नाल हो गया। देख मैं तेरा प्यो हाँ, मेरे नाल झूठ ना बोल। डैडी मैं झूठ नहीं बोल रहा जी, जिन्हों पैसे दिते सी वो बंदा दौड़ गया सी, बहुत लभ्या पर मिलिया नहीं। राज कोई नहर नहीं मिली? प्यो का पैसा डबोण नालों ते तू आप नहीं डुब के मर होया? लो प्यो पुत दोनों आपस में बोलियां पाई जा रहे। ओए खन्ना साहब नू भी कोई जवाब दे। जवाब दिना मैं, जे थोड़ी मजबूरी है ना ते मेरी भी मजबूरी है। भाई साहब मेरे वालों जवाब है। नहीं नहीं बाबा साहब नहीं। भरा जी आ देखो, साडा हक तो नहीं बनता पर साडा फर्ज बनता है कि असी खन्ना भरा जी का साथ दे। मैं यह रिश्ता कराया, तुसी मेरे ते विश्वास करके किरना की डोली लै जाओ। थोड़ी जो भी मांगिया असी पूरी करांगे। छड्डो भैन जी, हुण यह रिश्ता नहीं जुड़ सकता। पैसों नाल रिश्ते जुड़ तो सकते हैं पर निभ नहीं सकते। फिर भी जिस रिश्ते की नहीं पैसों नाल रखनी है तो यह शुरुआत मैं करती हूँ। तू मैं अधूरे हुन्ने आ पूरे एक दूजे दे संग। तू मैं अधूरे हुन्ने आ पूरे एक दूजे दे संग। कलियां नू मैकण भुल जांदा ए, फुलां दा चो जांदा रंग। बोलिया ये करते रहे राजा रानी जिवें देश दे मिलदे। बोलिया जे तू सारे पिंड दा है ए पिंड भी तेरा है। बोलिया असी दो दिन ला के तेरे लिए कोठा तैयार किया। डैडी की हो रहा है? तू घोड़ी तो थले उतर आया। डैडी तुसी अज तक जो कहा मैं कीता, तुसी जिथे क्या व्याह करा मैं राजी हो गया। अब घट्टो घट मेरा सौदा तो ना करो। तो इस टाइम कुड़ी दे प्यो दा जो हाल है ना, तुहानू शायद उहदा अंदाजा भी नहीं। पूरे एक दूजे दे संग। तू मैं अधूरे हुन्ने आ पूरे एक दूजे दे संग। कलियां नू मैकण भुल जांदा ए, फुलां दा चो जांदा रंग। हुण कल नूं कबीलदारी भी वधनी आ, जे सोहणी जिंदगी जीणी आ तां चार पैसे कमाउणे ते सांभणे पैणे आ। ले ना मेरा भोला गल्लां तूं भोलियां करी जांदी। क्यों? मैनूं पिंड वालिआं ने मापिआं बिना इड्डा करता, सिर ते छत पै गई तूं मिल गई। कमलिए जदों बंदे ने लोग ही कमा ले फिर पैसे दा मुल बंदे नूं वध हो गया। ओ बल्ले बल्ले बाबा जी, लै एडी खेचल कीती की अब बुजुर्ग जानकार अपना, इहनूं मैं खाल ते पुली बना के पार करना सिखाया सी। सीसां देना आया लगदा। आजा आजा तू भी मत्थे टेक ला। तैनूं किवें पता है ओही है? मैनूं पछाण है दी, इह ना खब्बे पासे दी तीजी लत्त तों पैर दब के तुरदा। भोला मेरा नां ही आ।
जड़िया गंढा भोला खोली बैठा किसी पता ही नहीं। चल टेक ला मथा टेक ला। अगली तो सोच गई ना जे उन्हें नीटे नाल व्याह कराने से मैं गोलू गोलू क्यों कहती सी। सही गल वीरा वीरा कहना चाहिए बंदा क्लियर रहा ओ यार उन्हां दी नहीं बननी मेरे तो लिखा ला अज नहीं तो कल वो तो अड होए ला। ओ यार मौके दी दुकान आ साई फड़ाओ तो काम नबेड़ो तेरे जेड़ा ब्लूटूथ हैगा ना मैं खा लूंगा काले दस रे फड़न नु। ओ यार गोलू लड़या ना कर यार रोया ना कर यार पता की है जदों तू रोना ना साडा हासा निकल जांदा। और एक मिश्री आ गई। मैं क्या जी पढ़ते समोसे भरना की सी है ना ची अद्धा किलो आलू डैडी जी 150 समोसे च भरन नू कह गए ने मैं भी फिर कल्ले कल्ले समोसे ते आलू दा टिक्का ही ला रहा। चलो जो भी आ वड्डे डैडी जी वांगू झूठ मार के दा नहीं वेची दे समोसे भी साडे समोसे ते बुर नहीं आऊगा साडे समोसे दा रंग नहीं जाऊगा साडा समोसा श्रिंक नहीं होऊगा। एतो बाद की श्रिंक होगा कोई समोसा जाओ तुसी काम करो। कितना टाइम लगना तेनू इथे दूजी दुकान ते बहुत काम पया। बस आ गई मैं ए समोसे कट गई आई ਇੰਨੇ ਤਾਂ ਚਾਈਨਾ ਨੇ ਮੋਬਾਈਲ ਨਹੀਂ ਕੱਢੇ ਹੋਣੇ ਯਾਰ ਜਿੰਨੇ ਤੁਸੀਂ ਰਲ ਕੇ ਸਮੋਸੇ ਕੱਢਦੇ ਨੇ ਫਸ ਕਰੋ। ਅੱਛਾ ਫਟਾਫਟ ਦੁਕਾਨ ਤੇ ਆ ਜੀ ਮੈਂ ਡੈਡੀ ਨਾਲ ਜਾਣਾ ਡੈਡੀ ਦੇ ਪੈਸੇ ਲੈ ਕੇ ਭੱਜ ਗਿਆ ਕੋਈ। ਹੁਣ ਡੈਡੀ ਜੀ ਕਿਹਦੇ ਨਾਲ ਭੱਜ ਕੇ ਪੈਸੇ ਲੈ ਕੇ ਡੈਡੀ ਦੇ ਪੈਸੇ ਲੈ ਕੇ ਭੱਜ ਗਿਆ ਕੋਈ ਪੱਕਾ। ਆ ਜੀ ਹੈ ਛੇਤੀ ਆ ਜੀ। भोला खोली बैठा किसी पता ही नहीं। चल टेक ला मथा टेक ला। मिशी ने नीटे नाल व्याह करा ले मैनू यकीन नहीं हो रहा। साल को और खड़ जा यही यकीन हाथा च कढ़ाउंदा फिर।
पक्का नीटे ने मिश्री कुछ खवाता होना है। यार उन्हें सवा खवाया होना, वो तो आप उसकी दुकान तो जग जग के खाता होना। मिश्री ने नीटे पीछे मैनू छड़ता, मैनू मेरी की कमी सी। शायद तू गंडे मुटे कटदा। मैं तो सोचा भी नहीं सी कि मिश्री नीटे नाल व्याह करा लेगी, पर अगली तो सोच गई ना। गोलू लड़िया ना कर यार, रोया ना कर यार। पता की है जदों तू रोना ना साडा हासा निकल जांदा। और एक मिश्री आ गई। मैं क्या जी भरते समोसे? भरना की सी इन्हां च? अद्धा किलो आलू डैडी जी 150 समोसों च भरन नूं कह गए ने। मैं भी फिर कले कले समोसे ते आलू दा टिक्का ही ला रहा। चलो जो भी आ, वड्डे डैडी जी वांगू झूठ मार के तां नहीं वेची दे समोसे। भी साढ़े समोसे ते बुर नहीं आऊगा, साढ़े समोसे दा रंग नहीं जाऊगा, साढ़ा समोसा श्रिंक नहीं होगा। ऐ तो वध की श्रिंक होगा कोई समोसा? जाओ तुसी कम करो। किन्ना टाइम लगना तेनू इत्थे? दूजी दुकान ते बहुत काम पिया। बस आ गई मैं, ए समोसे कट गया ई। इन्ने दा चाइना ने मोबाइल नहीं कढ़े होने यार, जिन्ने तुसी रल के समोसे कढ़ते ने। फस करो। अच्छा फटाफट दुकान ते आ जी, मैं डैडी नाल जाना। डैडी दे पैसे लैके भज गया कोई। हुण डैडी जी किहदे नाल भज के पैसे लैके? डैडी दे पैसे लैके भज गया कोई। बड़ा मान सी यारा नू सरकारे तेरे उत्ते, बड़ा मान सी यारा नू सरकारे तेरे उत्ते, साडे भोले बन दे नजैज फैदे चुके, साडे भोले बन दे कर छड़ियां ला छड़े झूठे लारे, गल्ला मिठियां कर छड़ियां ला छड़े झूठे।